ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਪਰਮਿੰਦਰ ਸਿੰਘ ਟਿਵਾਣਾ, ਟਿਵਾਣਾ ਰੇਡੀਓ ਟੀਵੀ ਨਾਲ ਜੁੜੇ ਸਾਰੇ ਸੱਜਣਾਂ ਦਾ ਸਵਾਗਤ ਕਰਦਾ। ਅਤੇ ਅੱਜ ਆਪਣੇ ਪਿੰਡਾਂ ਦੇ ਵਿੱਚ, ਪਟਿਆਲਾ ਜ਼ਿਲ੍ਹੇ ਦਾ ਪਿੰਡ ਖੇੜੀ ਜੱਟਾਂ, ਕਿਉਂਕਿ ਬਹੁਤ ਸਾਰੇ ਪਿੰਡਾਂ ਨਾਲ ਜੱਟਾਂ ਲੱਗਦਾ, ਅਤੇ ਜੱਟਾਂ ਦੀਆਂ ਕੁਛ ਜਗਾੜਬਾਜ਼ੀਆਂ, ਜੱਟਾਂ ਦੀ ਬਦਲਦੀ ਫਿਤਰਤ, ਜਿਸ ਤਰ੍ਹਾਂ ਗਾਜਰਾਂ ਦੀ ਜਿਹੜੀ ਖੇਤੀ ਇਸ ਪਿੰਡ 'ਚ ਬਹੁਤ ਜ਼ਿਆਦਾ ਹੋਣ ਲੱਗੀ ਹੈ, ਹੋਰ ਫਸਲਾਂ ਦੀ ਵੀ ਹੁੰਦੀ ਹੈ। ਅਤੇ ਬਾਈ ਜੀ ਸਤਿੰਦਰ ਸਿੰਘ ਸਾਬਕਾ ਸਰਪੰਚ ਨੇ, ਸ਼ੂਗਰ ਮਿਲ ਦੇ ਮੁਲਾਜ਼ਮ ਵੀ ਨੇ, ਅਤੇ ਮੇਰੇ ਸਕੂਲ ਟਾਈਮ ਦੇ ਦੋਸਤ ਸੱਜਣ ਨੇ। ਅਤੇ ਸਤਿੰਦਰ ਜੀ, ਗਾਜਰਾਂ ਦਾ ਕਾਰੋਬਾਰ ਕਦੋਂ ਸ਼ੁਰੂ ਕੀਤਾ? ਇਹ ਜੀ 15-18 ਸਾਲ ਪਹਿਲਾਂ ਸ਼ੁਰੂ ਕੀਤਾ ਜੀ। ਅੱਛਾ, ਇਹ ਜਿਹੜਾ ਧੋਣ ਵਾਲਾ ਦੀ ਮਸ਼ੀਨ ਦਾ ਕੀ ਜਗਾੜ ਹੈ? ਇਹ ਮਸ਼ੀਨ ਉੱਥੇ ਜੀ ਗਾਜਰ ਪਾਈ ਜਾਂਦੀ ਹੈ ਜੀ। ਅੱਛਾ, ਇਹ ਪਾਣੀ ਲੱਗਦਾ ਜੀ, ਇਹਨੂੰ ਧੋਤੀ ਜਾਂਦੀ ਹੈ ਜੀ। ਇਹ ਮਤਲਬ ਕਿੱਥੋਂ ਲਿਆਉਂਦੀ ਮਸ਼ੀਨ ਇਹ? ਇਹ ਮਸ਼ੀਨ ਜੀ ਅਸੀਂ ਹੰਸਾਰ ਤੋਂ ਲਿਆਉਂਦੀ ਹੈ। ਅੱਛਾ, ਕਿੰਨੇ ਦੀ ਇਹ ਆਈ ਹੈ ਜੀ? ਸਾਡੀ 2 ਸਾਲ ਪਹਿਲਾਂ ਆਈ ਸੀ ਜੀ, 1,65,000 ਦੀ। ਅੱਛਾ, ਤੇ ਗਾਜਰਾਂ ਦੀ ਸਾਰੀ ਸਾਫ਼ ਸਫਾਈ ਧੁਆਈ ਦਾ ਕੰਮ ਇਹ ਕਰਦੀ ਹੈ? ਮਤਲਬ ਇਸ ਤੋਂ ਬਾਅਦ, ਕਿਉਂਕਿ ਇਹ ਜਿਹੜੀ ਗਾਜਰ ਹੈ ਨਾ, ਅਸਲ ਦੇ ਵਿੱਚ ਕਾਫ਼ੀ ਸਾਫ਼ ਹੈ, ਸਟੋਰ ਕੀਤੀ ਜਾਂਦੀ ਹੈ। ਸੋ ਇਸ ਸਿਲਸਿਲੇ ਦੇ ਵਿੱਚ ਗਾਜਰ ਦੀ ਖੇਤੀ ਦਾ ਜਿਵੇਂ ਰੁਝਾਨ ਕਾਫ਼ੀ ਵੱਧ ਰਿਹਾ ਪੰਜਾਬ ਦੇ ਵਿੱਚ, ਇਹਨੂੰ ਪਹਿਲਾਂ ਪਹਾੜੀ ਗਾਜਰ ਕਹਿੰਦੇ ਸੀ, ਰੰਗ ਇਹਦਾ ਉਹ ਪੰਜਾਬ ਵਾਲਾ ਨਹੀਂ ਹੈ, ਰੰਗ ਥੋੜ੍ਹਾ ਜਿਹਾ ਇਹਦਾ ਸੰਤਰੀ ਹੈ। ਸੋ ਇਸ ਸਿਲਸਿਲੇ ਦੇ ਵਿੱਚ ਇਹ ਬਰੀਡ ਜਿਹੜੀ, ਇਹ ਜਿਹੜੀ ਕਿਸਮ ਹੈ, ਕਾਫ਼ੀ ਖਾਣ ਪੀਣ ਨੂੰ ਵਧੀਆ ਆ। ਅਤੇ ਮਸ਼ੀਨ ਆਪਾਂ ਬੰਦ ਕਰਾ ਦਈਏ ਹੁਣ, ਇੱਥੋਂ ਇਸ ਤਰ੍ਹਾਂ ਧੋ ਕੇ ਨਿਕਲਦੀਆਂ ਨੇ ਇਹਦੇ 'ਚੋਂ। ਸੋ ਇਸ ਤੋਂ ਬਾਅਦ ਇਹ ਜਿਹੜੀ ਵੇਸਟ ਹੈ, ਇਹ ਟੋਟਾ ਇਹਦੇ 'ਚ ਪਾ ਦਿੰਦੇ ਹੋ? ਹਾਂਜੀ, ਟੋਟਾ, ਛੋਟੀ ਗਾਜਰ, ਫਟੀ ਗਾਜਰ ਇਹਦੇ 'ਚ ਪਾਈ ਜਾਂਦੀ ਹੈ ਜੀ। ਅੱਛਾ, ਇਹਦੀ ਗ੍ਰੇਡਿੰਗ ਮਤਲਬ ਕਰ ਦਿਓ? ਹਾਂਜੀ, ਗ੍ਰੇਡਿੰਗ ਕਰ ਦਿਓ। ਇਹ ਕਿਹੜੇ ਮਹੀਨੇ 'ਚ ਦੀ ਗਾਜਰ ਦੀ ਫਸਲ ਤੁਸੀਂ ਬੀਜਦੇ ਹੋ? ਅਸੀਂ ਜੀਰੀ ਕੱਟ ਕੇ ਜੀ, ਉਹ ਤੋਂ ਬਾਅਦ ਇਹ ਫਸਲ ਬੀਜੀ ਜਾਂਦੀ ਹੈ ਜੀ ਅਕਤੂਬਰ 'ਚ। ਅੱਛਾ, ਹਾਂਜੀ। ਆ ਜਿਸ ਤਰ੍ਹਾਂ ਮੈਂ ਵੇਖ ਰਿਹਾ ਇੱਧਰ ਬਾਈ ਜੀ ਹੋਰੀ ਦਿਖਾ ਰਹੇ ਨੇ, ਇਹ ਪੈਕਿੰਗ ਹੈ, ਕਿੰਨੇ ਕਿਲੋ ਦੀ ਇਹਦੀ ਪੈਕਿੰਗ ਹੈ, ਕਿਵੇਂ ਇਹਨੂੰ ਫਿਰ? 25 ਕਿਲੋ ਦੀ ਪੈਕਿੰਗ ਹੈ ਜੀ ਇਹਦੀ। ਅੱਛਾ, 25 ਕਿਲੋ 250 ਗ੍ਰਾਮ ਉੱਤੇ ਕਰ ਦਿੰਦੇ ਹਾਂ ਜੀ। ਇਹ ਕਿੱਥੇ ਭੇਜਦੇ ਹੋ ਫਿਰ ਇਹਨਾਂ ਨੂੰ? ਇਹ ਜੀ ਅੰਮ੍ਰਿਤਸਰ, ਜਲੰਧਰ, ਮਲੇਰਕੋਟਲਾ ਜਾਂਦੀ, ਸ਼੍ਰੀਨਗਰ ਜ਼ਿਆਦਾ ਜਾਂਦੀ ਹੈ ਜੀ, ਬਸ ਉੱਥੋਂ ਅੱਗੇ ਜਾਂਦੀ ਹੈ ਕਸ਼ਮੀਰ ਜਾਂਦੀ ਹੈ ਜੀ, ਉੱਥੇ ਕਰਦੀ ਹੈ। ਕਿੰਨੇ ਸਾਲ ਤੋਂ ਇਹ ਤੁਸੀਂ ਰੁਝਾਨ ਕੀ ਇਹਦਾ ਸ਼ੁਰੂ ਕੀਤਾ ਖੇਤੀ ਦਾ? ਅਸੀਂ ਜੀ, ਮੈਂ ਸ਼ੂਗਰ ਮਿਲ ਤੋਂ ਹਟਣ ਤੋਂ ਬਾਅਦ ਫਿਰ ਖੇਤੀ ਵਾਲਾ, ਸ਼ੂਗਰ ਮਿਲ ਫੇਲ ਹੋ ਗਈ, ਫੇਲ ਹੋ ਗਈ ਜੀ, ਜੱਟ ਕਾਮਯਾਬ ਹੋ ਗਿਆ 2005 ਚ। ਹਾਂਜੀ, ਇਹ ਖੜ ਗਈ, ਫਿਰ ਅਸੀਂ ਪੈਗਰੋ ਨਾਲ ਟਾਈ ਅਪ ਕਰਦੇ ਰਹੇ, ਜਿਹੜਾ ਸਰਹੰਦ ਹੈ, ਸਰਹੰਦ, ਹਾਂਜੀ, ਉਹਨਾਂ ਨਾਲ ਕਰਦੇ ਰਹੇ ਜੀ। ਉਹ ਤੋਂ ਬਾਅਦ ਇੱਕ ਵਾਰੀ ਜੀ ਉਹਨਾਂ ਨੇ ਸਾਡੀ ਗਾਜਰ ਛੱਡਤੀ। ਅੱਛਾ, ਮਤਲਬ ਕਿਸੇ ਦਾ ਕਿੱਲਾ, ਕਿਸੇ ਦਾ 1.5 ਕਿੱਲਾ, ਚੱਕੀ ਨਹੀਂ, ਮਤਲਬ ਚੱਕੀ ਨਹੀਂ ਜੀ, ਛੱਡਤੀ। ਉਹ ਅਸੀਂ ਧੋ ਕੇ ਵੇਚਣ ਲੱਗੇ, ਸਾਨੂੰ ਮੰਡੀਆਂ 'ਚ ਵਧੀਆ ਰੇਟ ਮਿਲਿਆ। ਅੱਛਾ, ਤਾਂ ਅਸੀਂ ਇੱਧਰ ਨੂੰ, ਮਤਲਬ ਕੁੱਬੇ ਦੇ ਵੱਜੀ ਲੱਤ ਠੀਕ ਆ ਗਈ, ਉਸ ਜਿਹੜਾ ਪੈਗਰੋ ਵਾਲੇ ਆ ਵੱਡਾ, ਉਹ ਵੀ ਫਾਰਮਿੰਗ ਕਰਦੇ ਆ ਖੇਤੀ ਪ੍ਰੋਡਕਟਾਂ ਦੀ, ਉਹਨਾਂ ਨੇ ਜਵਾਬ ਦਿੱਤਾ। ਇਸ ਤੋਂ ਬਾਅਦ ਫਿਰ ਤੁਸੀਂ ਇਹਨੂੰ ਮਾਰਕੀਟ 'ਚ ਵੇਚਿਆ, ਅੱਛਾ ਪ੍ਰੋਫਿਟ ਰਿਹਾ। ਤੇ ਇਹ ਕਿਹੜੇ ਮਹੀਨੇ 'ਚ ਫਸਲ? ਮੈਂ ਵੇਖ ਰਿਹਾ ਇੱਧਰ ਵੀ ਤੁਸੀਂ ਦੁਬਾਰਾ ਗਾਜਰ ਬੀਜੀ ਹੈ, ਪਹਿਲੀ ਵਾਰੀ ਬੀਜੀ ਹੈ ਜੀ ਇਸ ਵਾਰ, ਦੂਸਰੀ ਫਸਲ? ਹਾਂਜੀ, ਦੇਖਦੇ ਪਹਿਲੀ ਜਿਹੜੀ ਫਸਲ ਆ, ਜਿਹੜਾ ਹੁਣ ਤੁਹਾਡੀ ਗਾਜਰ ਆ ਚੁੱਕੀ ਹੈ, ਇਹ ਕਿਹੜੇ ਮਹੀਨੇ 'ਚ ਬੀਜਦੇ ਤੇ ਕਿਹੜੇ ਮਹੀਨੇ ਫਸਲ ਤਿਆਰ ਹੋ ਜਾਂਦੀ ਹੈ? ਇਹ ਅਕਤੂਬਰ 'ਚ ਬੀਜੀ ਜਾਂਦੀ ਹੈ ਜੀ, ਹੁਣ ਇਹ ਤਿਆਰ ਹੈ ਜੀ, ਉਹ ਤੋਂ ਬਾਅਦ ਵੀ ਬੀਜੀ ਜਾਂਦੀ ਹੈ, ਇਹ ਅਜੇ 3 ਮਹੀਨੇ ਕੰਮ ਚੱਲੂਗਾ ਜੀ ਇਹਦਾ, 3 ਮਹੀਨੇ। ਪਰ ਇਹ ਤਾਂ ਮੈਂ ਦੇਖਿਆ ਕਿ ਇਹ ਤਾਂ ਸਟੋਰ ਜਿਹੜੀ ਹੈ ਜੂਨ, ਜੁਲਾਈ, ਅਗਸਤ ਤੱਕ ਹੁੰਦੀ ਰਹਿੰਦੀ ਹੈ? ਹਾਂਜੀ ਹਾਂਜੀ, ਚੱਲਦੀ ਰਹਿੰਦੀ ਹੈ, ਉਹ ਤਾਂ ਤਾਜ਼ੀ ਚੱਲਦੀ ਰਹਿੰਦੀ ਹੈ, ਉਹ ਤੋਂ ਬਾਅਦ ਫਿਰ ਸਟੋਰਾਂ ਵਾਲੀ ਹੁੰਦੀ ਹੈ ਜੀ। ਬਿਲਕੁਲ, ਜਿਵੇਂ ਗਾਜਰ ਬਾਰੇ ਪੁਰਾਣੇ ਪਿੰਡ ਬਹੁਤ ਮਸ਼ਹੂਰ ਨੇ, ਵੱਡੇ ਪੱਧਰ 'ਤੇ ਇਹਨਾਂ ਦੇ ਵਰਕਰ ਇਸ ਵਕਤ ਲੱਗੇ ਨੇ, ਗੱਡੀ ਲੋਡ ਹੋ ਰਹੀ ਹੈ, ਮੇਰਾ ਖਿਆਲ ਕਿੱਥੇ ਭੇਜ ਰਹੇ ਹੋ? ਜਲੰਧਰ ਜਾ ਰਹੀ ਹੈ, ਜਲੰਧਰ ਜਾ ਰਹੀ ਹੈ। ਮੈਨੂੰ ਬਾਬੂ ਰਜਵਾਲੀ ਸਾਹਿਬ, ਇਹ ਗਾਜਰ ਮੇਰਾ ਬਹੁਤ ਪਸੰਦੀਦੀ ਹੈ, ਜਦੋਂ ਮਾਰਕੀਟ 'ਚ ਗਾਜਰ ਆਉਂਦੀ ਸੀ ਨਾ, ਉਹ ਹੁਣ ਵੀ ਆਉਂਦੀ ਹੈ, ਸ਼ਹਿਰਾਂ 'ਚ ਜਿੰਨੀ ਗਾਜਰ ਆਉਂਦੀ ਉਹਦੇ 'ਤੇ ਮਿੱਟੀ ਨਹੀਂ ਲਾਈ ਹੁੰਦੀ, ਮਿੱਟੀ ਲੱਗੀ ਹੁੰਦੀ ਹੈ, ਕਿਉਂਕਿ ਜਿੰਨੀ ਦੇਰ ਇਹਨੂੰ ਮਿੱਟੀ ਲੱਗੀ ਹੈ, ਇਹਨੂੰ ਭਾਵੇਂ 10-15 ਦਿਨ ਰੱਖ ਲਓ, ਇਹਨੂੰ ਕੁਛ ਨਹੀਂ ਹੁੰਦਾ, ਖੇਤਾਂ 'ਚੋਂ ਪੱਟੀ ਹੋਈ ਨੂੰ ਐਜ਼ ਇਟ ਇਜ਼ ਮਿੱਟੀ, ਕਿਉਂਕਿ ਮਿੱਟੀ ਨਾਲ ਬੰਦਾ ਜੁੜਿਆ ਰਹੇ ਉਹ ਨਹੀਂ ਸੁੱਕਦਾ, ਕੋਈ ਵੀ ਫਲ ਫਰੂਟ ਜੁੜਿਆ ਰਹੇ ਉਹ ਨਹੀਂ ਸੁੱਕਦਾ। ਮੈਂ ਵੇਖਿਆ ਮਾਰਕੀਟ 'ਚ ਜਦੋਂ ਸ਼ੁਰੂਆਤ 'ਚ ਆਉਂਦੀ ਸੀ, ਹੁਣ ਵੀ ਇਹ
ਇਹ ਮਿੱਟੀ ਸਮੇਤ ਆਉਂਦੀ ਹੈ, ਇਹਨੂੰ ਫਰਿੱਜ 'ਚ ਵੀ ਰੱਖਣ ਦੀ ਲੋੜ ਨਹੀਂ, ਵਧੀਆ ਚੀਜ਼ ਹੈ। ਪਰ ਇਹ ਤਾਂ ਕਈ ਵਾਰੀ ਮੰਦਾ ਵੀ ਪੈ ਜਾਂਦਾ, ਉਹਦੇ ਵੱਖ ਵੱਖ ਪੱਖ ਸਾਂਝੇ ਕਰਾਂਗੇ। ਮੈਨੂੰ ਰਜਵਲੀ ਸਾਹਿਬ ਚੇਤੇ ਆਉਂਦੇ ਨੇ, ਪੰਜਾਬ ਦੇ ਪਿੰਡਾਂ ਦੀ ਉਹ ਖਾਸੀਅਤ ਬੋਲਦੇ ਆ ਕਿ ਮਸ਼ਹੂਰ ਜੁੱਤੀ ਡੱਲੇ ਦੀ, ਕੜਮੀ ਤੰਬਾਕੂ, ਮਿੱਠੀ ਗਾਜਰ ਚੁਹਾਨਕਿਆਂ ਦੀ, ਆ ਜੇ ਲਜਤ ਕਰਨਾਲ ਖਾ ਕੇ ਦਹੀਂ ਭੱਲੇ ਦੀ। ਸੋ ਇਹ ਜਿਸ ਤਰ੍ਹਾਂ ਕਰਨਾਲ ਦਾ ਦਹੀਂ ਭੱਲਾ, ਚੁਹਾਨਕਿਆਂ ਦੀ ਮਿੱਠੀ ਗਾਜਰ, ਪਰ ਇਸ ਗਾਜਰ ਦੇ ਬਾਰੇ ਜਿਸ ਤਰ੍ਹਾਂ ਦਾ ਰੰਗ ਬੰਨ ਵੀ ਹੈ, ਸਦੀਕ ਸਾਹਿਬ ਦਾ ਉਹ ਗੀਤ ਹੈ, ਚੋਚੋ ਪੈਂਦਾ ਰੰਗ ਵੇ ਮੈਂ ਗਾਜਰ ਵਰਗੀ, ਤੁਹਾਡੀਆਂ ਗੱਲਾਂ ਵਰਗਿਆ, ਹੈ ਨਾ। ਉਹ ਪੰਜਾਬੀ ਮੈਂ ਵੇਖਿਆ ਕਿ ਲਾਲ ਗਾਜਰ ਨੂੰ ਜ਼ਿਆਦਾ ਪਸੰਦ ਕਰਦੇ ਨੇ, ਹਾਲਾਂਕਿ ਗੁਣਾ ਪੱਖੋਂ ਇਹ ਵਧੀਆ। ਹਾਂਜੀ, ਗੁਣਾ ਪੱਖੋਂ ਇਹ ਜ਼ਿਆਦਾ ਵਧੀਆ ਜੀ ਉਹਦੇ ਨਾਲੋਂ। ਬਾਕੀ ਇਹ ਹੁਣ ਘਾਟੇ 'ਚ ਜਾ ਰਹੀ ਹੈ ਜੀ, ਸਾਨੂੰ ਅੱਜ ਦੀ ਤਰੀਕ 'ਚ ਕੁਛ ਨੀ ਬਚ ਰਿਹਾ, ਅਸੀਂ ਕੱਢ ਰਹੇ ਹਾਂ ਇਹਨੂੰ। ਬਾਕੀ ਜੇ ਦਸ ਰੁਪਏ ਤੋਂ ਉੱਤੇ ਜਾਵੇ ਮਾਰਕੀਟ 'ਚ, ਫੇਰ ਸਾਨੂੰ ਕੁਛ ਬਚਦਾ। ਮੈਂ ਵੇਖਿਆ ਪਿਛਲੇ ਸਾਲ ਵੀ, ਮਤਲਬ ਹਾਲਾਂਕਿ ਲੋਕਾਂ 'ਚ ਖਾਣ ਦਾ ਰੁਝਾਨ ਨਹੀਂ ਆ, ਲੋਕ ਸਿਰਫ ਰੰਗ ਵੇਖਦੇ ਆ। ਮੈਂ ਇਹਨੂੰ ਬੜੇ ਸਾਲਾਂ ਤੋਂ ਖਾ ਰਿਹਾ, ਸਟੱਡੀ ਵੀ ਕੀਤਾ। ਇੱਕ ਵਾਰੀ ਇੰਨਾ ਮੰਦਾ ਸੀ, ਮੈਂ ਬਟੇਰੇ ਉਦੋਂ ਰੱਖੇ ਸੀ, ਉਹਨਾਂ ਬਟੇਰਿਆਂ ਨੂੰ ਮੈਂ ਪੈਕਟ ਚੱਕ ਲਿਆ, ਵੱਡਾ ਹੀ 40 ਕਿਲੋ 25 ਦਾ ਜੋ ਵੀ ਹੈ, ਉਹ ਖਵਾਇਆ ਅਤੇ ਉਹ ਬਟੇਰੇ ਵੀ ਗਰਮੀ 'ਚ ਨਹੀਂ ਮਰੇ, ਹਾਲਾਂਕਿ ਉਹ ਜਾਨਵਰ ਗਰਮੀ ਕੱਟਦੇ ਨਹੀਂ ਕਈ ਵਾਰੀ। ਪਰ ਸਾਡੇ ਜਿਹੜਾ ਪੰਜਾਬੀਆਂ ਦਾ ਟੇਸਟ ਹੈਗਾ, ਰੰਗ ਨੂੰ ਪਸੰਦ ਨਹੀਂ ਕਰਦੇ ਸ਼ਾਇਦ। ਹਾਂਜੀ ਹਾਂਜੀ, ਆਪਣੇ ਨਹੀਂ ਪਸੰਦ ਕਰਦੇ, ਆਪਣੇ ਲਾਲ ਖਾ ਕੇ ਖੁਸ਼ ਨੇ ਜੀ। ਹਾਂ ਲਾਲੀ ਜੀ ਆ ਗਿਆ, ਸਰਪੰਚ ਸਾਹਿਬ ਇਹਦੀ ਈਲਡ ਕਿੰਨੀ ਆ ਪਰ ਏਕੜ, ਮਤਲਬ ਕਿੰਨਾ? ਪਰ ਏਕੜ ਪਹਿਲਾਂ ਨਿਕਾਲ ਇਹਦਾ ਵਧੀਆ ਸੀ ਜੀ, ਹੁਣ ਘੱਟਦਾ ਜਾਂਦਾ ਦਿਨ ਪਰ ਦਿਨ। ਕਿਉਂ? ਸਾਡਾ 250 ਕੁਇੰਟਲ ਤੱਕ ਆ ਜਾਂਦਾ ਸੀ ਜੀ, ਹੁਣ ਇਸ ਵਾਰ 100-125 ਰਹਿ ਗਏ ਜੀ। ਇਹ ਜਿਸ ਤਰ੍ਹਾਂ ਮੈਂ ਵੇਖ ਰਿਹਾ, ਜਦੋਂ ਆਪਾਂ ਸਕੂਲ, ਬਾਈ ਜੀ ਮੇਰੇ ਨਾਲ ਸਕੂਲ ਪੜ੍ਹਦੇ ਰਹੇ ਨੇ, ਬਾਈ ਰਾਮ ਸਿੰਘ ਨੰਬਰਦਾਰ ਸਾਹਿਬ, ਇਹ ਵੀ ਮੇਰੇ ਸਕੂਲ ਟਾਈਮ ਦੇ ਦੋਸਤ ਨੇ, ਅਸੀਂ ਇਕੱਠੇ 10ਵੀਂ 'ਚ ਸੀਗੇ, ਅਤੇ ਇੰਦਰਜੀਤ ਸੀਗਾ, ਮਾਨਕ ਸੀਗਾ, ਸਰਪੰਚ ਬਲਕਾਰ ਸਿੰਘ ਸੀ ਇਸ ਪਿੰਡੋਂ, ਖੇੜੀ ਜੱਟਾਂ ਤੋਂ। ਅਤੇ ਇਸ ਦੌਰਾਨ ਇਹ ਪਿੰਡ, ਇਹ ਮਾਫ ਕਰਨਾ, ਸਾਡੇ ਪਿੰਡਾਂ ਨਾਲੋਂ ਪਛੜੇ ਵੀ ਸੀਗੇ, ਪਰ ਇਹਨਾਂ ਪਿੰਡਾਂ 'ਚ ਪਿਛਲੇ ਸਮੇਂ ਕਚੋਰੀ ਵੀ ਬੀਜੀ ਗਈ ਜਿਹਦੀ ਕੌਫੀ ਬਣਦੀ ਹੈ। ਇਸ ਪਿੰਡ 'ਚ ਮੈਂ ਵੇਖਿਆ ਕਿ ਸਾਰੇ ਜਿਹੜੇ ਵੱਡੇ ਪਿੰਡ ਸੀ, ਟੋੜਾ, ਚਨਾਥਲ, ਧਮੋਟ, ਵੱਡੇ ਪਿੰਡ ਜਿਹੜੇ ਨੇ ਥੱਲੇ ਆਏ ਨੇ, ਜਿਵੇਂ ਤੁਹਾਡਾ ਪਿੰਡ ਸੀ, ਇਹਨਾਂ ਨੂੰ ਕਈ ਵਾਰੀ ਮਾਜਰੇ ਕਹਿ ਦਿੰਦੇ ਸੀ, ਉਹਨਾਂ ਪਿੰਡਾਂ ਨੇ ਬਹੁਤ ਤਰੱਕੀ ਕੀਤੀ ਹੈ। ਵੱਡੇ ਪਿੰਡ 'ਚ ਤਾਂ ਇਹ ਧਮੋਟ ਦਾ ਪਿੱਛੇ ਚੱਲਦਾ ਸੀ ਕਿ ਉੱਥੇ ਕੋਈ ਵਿਆਹ ਨਾ ਕਰਾਉਣ ਆਉਂਦਾ, ਇਸ ਤਰ੍ਹਾਂ ਦੀਆਂ ਵੀ ਗੱਲਾਂ ਵਾਇਰਲ ਹੋਈਆਂ ਨੇ। ਇਸ ਪਿੰਡ ਦੇ ਵਿੱਚ ਮੈਨੂੰ ਕਈ ਵਾਰੀ ਹੈਰਾਨੀ ਵੀ ਹੁੰਦੀ ਹੈ ਵੀ ਇੰਨੀ ਤਰੱਕੀ ਦਾ ਕੀ ਕਾਰਨ ਹੈ, ਇਹਨਾਂ ਸਬਜ਼ੀਆਂ ਬਾਅਦ ਕਚੌਰੀ ਵੀ ਤੁਸੀਂ ਬੀਜਦੇ ਰਹੇ, ਚਕੋਰੀ ਜਾਂ ਕਚੌਰੀ ਕੀ? ਵੈਸੇ ਗੱਲ ਕੀ ਹੋਈ ਜੀ, ਅਸੀਂ ਦੋ ਮੁੰਡੇ ਉੱਥੋਂ ਹਟ ਕੇ ਆਏ ਸੀ ਸ਼ੂਗਰ ਮਿਲ ਤੋਂ, 2005 'ਚ ਬੰਦ ਹੋ ਗਈ ਸੀ ਜਦੋਂ ਜੀ। ਇੱਕ ਸਤਨਾਮ ਸਿੰਘ ਜੀ ਸਾਡੇ ਘਰਾਂ 'ਚੋਂ ਭਤੀਜਾ ਹੀ ਸੀ। ਅੱਛਾ। ਉਹ ਫੂਡ ਪ੍ਰੋਸੈਸਿੰਗ 'ਚ ਚਲਿਆ ਗਿਆ ਜੀ। ਅੱਛਾ। ਉਹਨੇ ਸਾਡੇ ਪਿੰਡ ਨੂੰ ਇੱਧਰ ਨੂੰ ਮੋੜਿਆ ਜੀ। ਮਤਲਬ ਇੱਕ ਬੰਦੇ ਨੇ ਰੁਝਾਨ, ਹੁਣ ਤਾਂ ਇੱਥੇ ਤੁਹਾਡੇ ਪਿੰਡ ਸਬਜ਼ੀ ਦਾ ਕੰਮ ਬਹੁਤ ਕਰਦੇ? ਹਾਂਜੀ, ਬਹੁਤ ਕਰਦੇ ਨੇ, ਖੇਤੀ ਛੱਡ ਕੇ। ਹਾਂਜੀ ਹਾਂਜੀ, ਹੁਣ ਸਾਡੇ ਪਿੰਡ 'ਚ ਅੱਜ ਥਾਪਰ ਕਾਲਜ ਤੋਂ ਮੁੰਡੇ ਕਰਨ ਆਏ ਸੀ, ਉਹ ਕਹਿੰਦੇ ਵੀ ਉਰੇ 95% ਗਾਜਰ, 5% ਕਣਕ ਤੇ 1% ਆਲੂ ਹੈ ਜੀ। ਪਿੰਡ ਦਾ ਸਰਵੇ? ਹਾਂਜੀ, ਪਿੰਡ ਦਾ ਸਰਵੇ ਕੀਤਾ ਜੀ ਉਹਨਾਂ, ਅੱਜ ਦੀ ਰਿਪੋਰਟ ਹੈ ਜੀ ਇਹ। ਮਤਲਬ 95% ਸਾਡੇ ਪਿੰਡ 'ਚ ਗਾਜਰ ਲੱਗੀ ਹੋਈ ਹੈ ਜੀ। ਅੱਛਾ, ਜਿਵੇਂ ਮੈਂ ਵੀ ਸਟੱਡੀ ਕੀਤਾ ਸੀ, ਤੁਹਾਡਾ ਬੇਟਾ ਵੀ ਨਿਊਜ਼ੀਲੈਂਡ ਹੈ ਸ਼ਾਇਦ, ਹੁਣ ਤਾਂ ਆਇਆ ਵਾ ਨਹੀਂ ਮੇਰੇ ਖਿਆਲ ਆ, ਤੁਸੀਂ ਵੀ ਦੱਸਦੇ ਸੀ ਕਿ ਉਹਨਾਂ ਨੇ ਜਿਹੜਾ ਸਾਇੰਟੀਫਿਕਲੀ ਸਰਵੇ ਕੀਤਾ, ਵਿਸ਼ਵ ਦੇ ਵਿੱਚ ਇਸ ਫੂਡ ਦੀ ਬਹੁਤ ਡਿਮਾਂਡ ਹੈ, ਪਰ ਸਾਡੇ ਜਿਹੜਾ ਕਿ ਅੱਖਾਂ ਨੂੰ ਸੋਹਣੀ ਨਹੀਂ ਲੱਗਦੀ, ਅਸੀਂ ਕੜਕਨਾਥ ਵੀ ਖਾਣਾ ਨਹੀਂ ਪਸੰਦ ਕਰਦੇ, ਬਰੈਲਰ ਖਾਵਾਂਗੇ ਜਿਹਨੂੰ ਟਿੱਕੇ ਟੁਕੇ ਲੱਗੇ ਹੁੰਦੇ ਆ। ਮਤਲਬ ਆਮ ਜੇ ਇਹਨਾਂ ਚੀਜ਼ਾਂ ਦੀ ਸਬਜ਼ੀ ਦੇ ਤੌਰ 'ਤੇ ਸਬਜ਼ੀ ਬਹੁਤ ਸਵਾਦ ਬਣਦੀ ਹੈ, ਇਹਦਾ ਗਜਰੇਲਾ ਬਹੁਤ ਸਵਾਦ ਬਣਦਾ, ਇਹਦੇ 'ਚ ਮਿਠਾਸ ਘੱਟ ਹੈ ਜਿਹੜੀ ਕਿ ਸ਼ਾਇਦ ਸ਼ੂਗਰ ਤੋਂ ਵੀ ਬਚਾ ਰਹਿੰਦਾ ਆਮ
ਲੋਕ ਜਾਂ ਘਰਾਂ ਚ ਇਹਨੂੰ ਵਰਤਦੇ ਨਹੀਂ ਹੈਗੇ ਕਾਰਨ? ਨਹੀਂ ਜੀ, ਆਪਣੇ ਨਹੀਂ ਵਰਤਦੇ ਜੀ। ਸੈਲਡ ਦੇ ਵਿੱਚ ਜ਼ਿਆਦਾ, ਇਹ ਸੈਲਡ ਦੇ ਵਿੱਚ ਹੀ ਕੰਮ ਆਉਂਦੀ ਹੈ ਮੋਸਟਲੀ। ਇਹ ਸ਼੍ਰੀਨਗਰ ਜ਼ਿਆਦਾ, ਕਸ਼ਮੀਰ ਚ ਜ਼ਿਆਦਾ ਜਾਂਦੀ ਹੈ ਜੀ। ਕਸ਼ਮੀਰੀ ਬਹੁਤ ਖਾਂਦੇ, ਬਹੁਤ ਖਾਂਦੇ ਨੇ ਜੀ। ਕਸ਼ਮੀਰ ਦਾ ਪਹਿਲਾਂ ਸਾਡੇ ਹੁਣ ਟਰੱਕ ਆਉਂਦਾ ਸੀ, ਉਹਦੇ ਚ ਅਸੀਂ 10 ਟਨ ਪਾ ਕੇ ਲੋਡ ਕਰਕੇ ਭੇਜਦੇ ਰਹੇ ਹਾਂ ਰੋਜ਼ ਦੀ। ਉਹ ਕਸ਼ਮੀਰ ਹੀ ਜਾਂਦੀ ਹੈ ਜੀ ਜ਼ਿਆਦਾਤਰ। ਉਹ ਆਮ ਲੋਕ ਜ਼ਿਆਦਾ ਖਾਂਦੇ ਆ? ਉਹ ਜ਼ਿਆਦਾ ਖਾਂਦੇ ਆ ਜੀ। ਸਾਡੇ ਮਤਲਬ ਸਟਾਰਟਿੰਗ ਚ ਐਡੀ ਭੈੜੀ ਗਾਜਰ ਹੁੰਦੀ ਹੈ, ਐਡਾ ਉਹਦੇ ਚ ਵਿੱਚ ਹੁੰਦਾ, ਉਹ ਕੀ ਕਹਿੰਦੇ ਨੇ ਪੰਜਾਬੀ ਤੋਂ, ਨਿਹੜਾ, ਸਾਡੇ ਨਿਹੜਾ ਹੀ ਨਿਹੜਾ, ਉਹਦੇ ਚ ਐਡਾ ਨਿਹੜਾ ਹੁੰਦਾ, ਖਟਾਸ ਹੁੰਦੀ ਹੈ, ਫਿਰ ਪਾਣੀ ਆਉਂਦਾ ਜੀ ਇੱਧਰ ਨੂੰ। ਅੱਛਾ, ਉਹ ਪਾਣੀ ਤੁਸੀਂ ਪਾਣੀ ਨਾਲ ਸਾਫ਼ ਕਰਦੇ ਆ? ਕੈਮਰਾਮੈਨ ਵੀਰ ਨੂੰ ਕਿ ਆ ਦਿਖਾਇਓ ਜਰਾ, ਉਹ ਕਿਸ ਚੀਜ਼ ਦੀ ਬਣਾਇਆ ਪਾਉਣ ਤੁਸੀਂ? ਉਹ ਟੋਆ ਬਣਾ ਕੇ ਜੀ, ਉਹਦੇ ਵਿੱਚ ਕਾਗਜ਼ ਪਾ ਕੇ ਆ ਪਾਈਪ ਜਾਂਦੀ ਹੈ ਜੀ, ਉਹਦੇ ਵਿੱਚੋਂ ਪੱਖੀ ਪਾਣੀ ਖਿੱਚਦੀ ਹੈ ਜੀ ਇੱਧਰ। ਅੱਛਾ, ਮਸ਼ੀਨ 'ਚ ਪਾਣੀ ਆਉਂਦਾ, ਫਿਰ ਇਹ ਪਾਣੀ, ਵੇਸਟ ਪਾਣੀ ਉੱਧਰ ਜਾਂਦਾ ਜੀ ਗਾਜਰਾਂ ਦੀ ਜੋ ਧੋਤਵਾਈ ਲਈ ਵਰਤਦੇ? ਹਾਂ ਜੀ, ਧੋਤਵਾਈ ਨਾਲ। ਅੱਛਾ, ਇਹਨੂੰ ਰੇਹ ਸਪਰੇ ਦੀ ਕਿੰਨੀ ਕੁ ਜ਼ਰੂਰਤ ਹੈ? ਜਿਵੇਂ ਤੁਹਾਡੇ ਪਿੰਡ ਦੀ ਥੋੜ੍ਹੀ ਰੇਤੀਲੀ ਜ਼ਮੀਨ ਹੈ, ਰੇਤਲੀ ਜ਼ਮੀਨ, ਅਤੇ ਕਿਹੜੀ ਜ਼ਮੀਨ 'ਚ ਜ਼ਿਆਦਾ ਫਾਇਦੇਮੰਦ ਹੈ? ਇਹ ਰੇਤਲੀ ਜ਼ਮੀਨ 'ਚ ਫਾਇਦੇਮੰਦ ਹੈ ਜੀ ਜ਼ਿਆਦਾ। ਇਹਨੂੰ ਰੇਹ ਸਪਰੇ ਕੋਈ ਜ਼ਿਆਦਾ ਨਹੀਂ ਲੱਗਦਾ ਜੀ, 2 ਥੈਲੇ ਡਾਈ, 1 ਥੈਲਾ ਪੋਟਾਸ ਜੀ, ਬਾਕੀ 2 ਥੈਲੇ ਯੂਰੀਆ ਜੀ, ਬਾਕੀ ਦਵਾਈ ਕੱਖਾਂ ਵਾਲੀ ਪਾਉਂਦੇ ਹਾਂ ਜੀ ਅਸੀਂ ਸੰਕੋਰ, ਇਹਦੇ 'ਚ ਹੋਰ ਕੋਈ ਦਵਾਈ ਹੈ ਤਾਂ ਸਪਰੇਅ ਨਹੀਂ ਹੁੰਦੀ ਜੀ। ਟਵਾਣਾ ਸਾਹਿਬ ਪਤਾ ਕੀ ਗੱਲ ਹੈ, ਆਲੂਆਂ ਦੇ ਕਨਸੈਪਟ ਆ ਬਿਲਕੁਲ ਸੇਮ, ਉਹੀ ਚੀਜ਼ ਆ, ਮਤਲਬ ਉਹਦੇ ਨਾਲ ਥੋੜ੍ਹਾ ਜਿਹਾ ਇਹਦੇ ਖੁਰਾਕ ਘੱਟ ਲੱਗਦੀ ਆ, ਅਤੇ ਸੰਕੋਰ ਵਗੈਰਾ ਅਸੀਂ ਵੀ ਆਲੂਆਂ ਦੇ ਵਿੱਚ ਕਰਦੇ ਹਾਂ, ਕਿਉਂਕਿ ਨੈਕਸਟ ਟਾਈਮ ਦੇ ਵਿੱਚ ਚਲੋ ਤੁਹਾਡੇ ਕੋਲ ਆਉਣਾ ਬਣ ਗਿਆ ਸਾਡਾ ਅੱਜ, ਅਤੇ ਅਸੀਂ ਨੈਕਸਟ ਟਾਈਮ ਸਾਡੇ 60 ਜਿਹੜਾ ਲੱਗਦਾ ਉਹ ਬੰਦ, ਹਾਂ ਝੋਨਾ ਜਿਹੜਾ ਲੱਗਦਾ ਵੀ ਉਹ ਬੰਦ ਕਰਨ ਜਾ ਰਹੀ ਹੈ ਗੌਰਮੈਂਟ ਯੂਪੀ ਦੇ ਵਿੱਚ, ਇਸ ਕਰਕੇ ਨੈਕਸਟ ਜਿਹੜਾ ਸਾਡੀ ਇਹ ਫਸਲ ਅਸੀਂ ਉਹ ਕਰਨੀ ਚਾਹੁੰਦੇ ਹਾਂ। ਤੁਸੀਂ ਕੀ ਸਲਾਹ ਦਿੰਦੇ ਹੋ ਵੀ ਸਾਨੂੰ ਉੱਥੇ ਠੀਕ ਰਹੂਗੀ ਜਮੀਨ ਸਾਡੀ? ਠੀਕ ਰਹੂ ਜੀ, ਬਹੁਤ ਵਧੀਆ ਰਹੂ। ਯੂਪੀ 'ਚ ਮੇਰੇ ਖਿਆਲ ਨਹੀਂ ਹੈ ਗਾਜਰ ਦਾ? ਨਹੀਂ 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 ਨਹੀਂ, ਦੇਖੋ ਪਤਾ ਕੀ ਟਵਾਣਾ ਸਾਹਿਬ, ਹਾਂ ਜੀ ਹਾਂ, ਉੱਥੇ ਪਤਾ ਕੀ ਗੱਲ ਆ, ਉੱਥੇ ਜਿਵੇਂ ਜਾਂ ਤਾਂ ਵੱਡੇ ਸ਼ਹਿਰ ਹੈ ਨਹੀਂ ਜ਼ਿਆਦਾ, ਜੇ ਸ਼ਹਿਰ ਹੈਗੇ ਨੇ ਤਾਂ ਵੱਡੇ ਕਾਫੀ ਨੇ, ਉਹ ਦੂਰ ਨੇ। ਇਹ ਸਿਕੰਦਰਾਬਾਦ ਲੱਗਦੀ ਰਹੀ ਹੈ ਜੀ ਗਾਜਰੇ, ਸਿਕੰਦਰਾਬਾਦ ਹੈਗੀ, ਰੁਦਰਪੁਰ ਫੈਕਟਰੀ ਲੱਗੀ ਸੀ, ਮੁੰਡਾ ਕੰਮ ਕਰਕੇ ਆਇਆ ਉੱਥੇ, ਉੱਥੇ ਵੀ ਇਹ ਜੈਮ ਵਗੈਰਾ ਬਣਾਉਂਦੇ ਉਹ ਤਾਂ ਮੇਰੇ ਖਿਆਲ? ਹਾਂ, ਇਹ ਤਾਂ ਬਹੁਤ ਕੁਝ ਬਣਦਾ ਜੀ ਇਹਦਾ। ਅੱਛਾ, ਇਹਦਾ ਦੇਖੋ ਅਚਾਰ ਵਾਸਤੇ ਇਹ ਵਰਤੀ ਜਾਂਦੀ ਹੈ ਜੀ, ਬਾਕੀ ਇਹਨੂੰ ਮਤਲਬ ਸੁਕਾ ਕੇ ਬੱਚਿਆਂ ਦਾ ਵੀ ਬਣਦਾ, ਛੋਟੇ ਹੁੰਦਿਆਂ ਨੂੰ ਕੀ ਕਹਿੰਦੇ ਆ ਉਹਨੂੰ, ਫੂਡ ਹੁੰਦਾ, ਬੇਬੀ ਫੂਡ, ਬੇਬੀ ਫੂਡ ਜੋ ਬਣਦੇ ਨੇ ਜਿਹੜੇ, ਉਹਦੇ ਵਿੱਚ ਵੀ ਵਰਤ। ਅੱਛਾ, ਜਿਵੇਂ ਤੁਸੀਂ ਦੱਸਿਆ ਇਸ ਵਾਰੀ ਘਾਟਾ ਚੱਲ ਰਿਹਾ, ਜੇ ਮਤਲਬ ਅਸੀਂ ਹੋਰ ਅਲ ਜੁਲ ਸਬਜ਼ੀਆਂ ਜ਼ਹਿਰਾਂ ਵਾਲੀਆਂ ਬਥੇਰੀਆਂ ਖਾਂਦੇ ਹਾਂ, ਇਹ ਜਿਵੇਂ ਮਿੱਟੀ ਦੇ ਵਿੱਚ ਹੈ, ਸ਼ਾਇਦ ਦਵਾਈਆਂ ਦਾ ਜਾਂ ਜ਼ਹਿਰਾਂ ਦਾ ਕੋਈ ਬਹੁਤਾ ਅਸਰ ਇਹਦੇ ਤੇ? ਕਮਾਣਾ ਸਾਹਿਬ, ਇਹਦੇ 'ਚ ਦਵਾਈ ਕੋਈ ਜ਼ਿਆਦਾ ਪੈਂਦੀ ਹੋ ਨਹੀਂ, ਕੋਈ ਦਵਾਈ ਨਹੀਂ ਪੈਂਦੀ। ਹੁਣ ਇਹਦੇ 'ਚ ਅੱਗੇ ਜਾ ਕੇ ਨਾ ਜੀ ਅਪ੍ਰੈਲ 'ਚ ਜਾ ਕੇ ਇਹਨੂੰ ਸੇਜੇ ਨੂੰ ਛੁੰਡੀ ਪਊਗੀ। ਅੱਛਾ, ਆਹ ਜਿਵੇਂ ਆਪਾਂ ਥੋੜ੍ਹਾ ਜਿਹਾ ਫਾਰਮ ਵੱਲ ਨੂੰ ਆਉਂਦੇ ਹਾਂ ਤੁਹਾਡੇ, ਉੱਧਰ ਉੱਧਰ ਦੇਖਦੇ ਹਾਂ ਕਿ ਉਹ ਸਾਹਮਣੇ ਤੁਹਾਡੇ ਲੇਬਰ ਲੱਗੀ ਹੋਈ ਆ, ਇਹਦੇ 'ਚ ਮੇਰੇ ਖਿਆਲ ਲੇਬਰ ਦੀ ਸ਼ਾਇਦ ਜ਼ਿਆਦਾ ਜ਼ਰੂਰਤ ਹੈ। ਲੇਬਰ ਜੀ 7-8 ਪਿੰਡਾਂ ਦੀ ਲੇਬਰ ਆਉਂਦੀ ਹੈ ਜੀ ਸਾਡੇ ਨੇੜੇ ਤੇੜੇ ਦੀ। ਅੱਛਾ, ਤੁਹਾਡੇ ਦੁਕਾਨਦੇ ਤੱਕ, ਦਿੱਤੂਪੁਰ, ਦੰਦਰਾਲਾ, ਇੱਧਰੋਂ ਰਾਜਪੁਰਾ, ਮਟੋੜਾ, ਸਾਰੇ ਪਿੰਡਾਂ ਦੀ ਲੇਬਰ ਇੱਥੇ ਕੰਮ ਕਰਦੀ ਹੈ ਜੀ। ਅੱਛਾ, ਹਾਂਜੀ, ਕੈਮਰਾਮੈਨ ਵੀਰ ਨੂੰ ਮੈਂ ਕਹਾਂਗਾ ਥੋੜ੍ਹਾ ਜਿਹਾ ਅੱਗੇ ਹੋ ਕੇ, ਅੱਛਾ ਇਹ ਪੁਰਾਣੀ ਮਸ਼ੀਨ ਆ ਗਾਜਰਾਂ ਧੋਣ ਵਾਲੀ, ਉਹ ਗਾਜਰਾਂ ਦਾ ਖੇਤ ਦਿਖਾਇਓ ਜ਼ਰਾ, ਅਤੇ ਕਿੰਨਾ ਕੁ ਕੱਦ ਕਰ ਜਾਂਦੀ ਹੈ, ਜਿਸ ਤਰ੍ਹਾਂ ਅਵਾਰਾ ਜਾਨਵਰ ਸਮੱਸਿਆ ਬਹੁਤ ਪੈਦਾ ਕਰਦੇ ਨੇ ਗਾਈਆਂ ਵਗੈਰਾ, ਜਿਵੇਂ ਕਚੋਰੀ ਨੂੰ ਤਾਂ ਮੈਂ ਦੇਖਿਆ ਤੇ ਤੁਹਾਡੇ ਪਿੰਡ 'ਚ ਕਚੋਰੀ ਨੂੰ ਤਾਂ ਗਾਵਾਂ ਖਾਂਦੀਆਂ ਹੀ ਨਹੀਂ ਸੀਗੀਆਂ। ਇਹਨੂੰ ਵੀ ਵੈਸੇ ਖਾਂਦੀਆਂ ਨੇ ਜੀ, ਕੋਈ ਕੋਈ ਗਾਂ ਹੈ ਜਿਹੜੀ ਖਾਂਦੀ ਹੈ ਇਹਨੂੰ, ਵੈਸੇ ਖਾਂਦੀ ਨਹੀਂ, ਜੇ ਵਿੱਚ ਦੀ ਲੰਘਦੀਆਂ ਨੇ ਤਾਂ ਤੋੜ ਜ਼ਰੂਰ ਦਿੰਦੀਆਂ ਨੇ ਜੀ ਪੈਰਾਂ। ਮਤਲਬ ਗਾਵਾਂ ਨਹੀਂ ਖਾਂਦੀਆਂ? ਗਾਵਾਂ ਖਾਂਦੀਆਂ ਨਹੀਂ ਜੀ, ਜ਼ਿਆਦਾਤਰ ਨਹੀਂ ਖਾਂਦੀਆਂ, ਕੋਈ ਕੋਈ ਗਾਂ ਖਾਂਦੀ ਹੈ ਜੀ। ਜਿਵੇਂ ਕਣਕ ਨੂੰ ਵੱਡਾ ਹਮਲਾ ਗਾਵਾਂ ਦਾ ਰੋਜ਼ਾਂ ਦਾ, ਉਹ ਤੋਂ ਬਚਾਅ ਹੈ ਜੀ ਇਹ। ਇਹਨੂੰ ਜਿਵੇਂ ਆਪਣੇ ਇੱਥੇ ਵੀ ਭਾਸੋਂ ਬੀੜ ਪੈਂਦਾ ਹੈ, ਰੋਜ਼ ਪੈਂਦੇ ਨੇ, ਸੂਰ ਪੈਂਦੇ ਨੇ, ਸੂਰ ਇਹਨੂੰ ਅਟੈਕ ਕਰਦਾ? ਨਹੀਂ ਜੀ, ਸੂਰ ਕੋਈ ਅਟੈਕ ਨਹੀਂ ਕਰਦਾ। ਅੱਛਾ, ਸੂਰ ਵੀ ਇਹਨੂੰ ਪੱਟਦਾ ਨਹੀਂ? ਨਹੀਂ ਜੀ, ਪੱਟਦਾ ਨਹੀਂ, ਅਜੇ ਤੱਕ ਤਾਂ ਲੱਗਿਆ ਨਹੀਂ ਜੀ। ਪਟਾਈ ਦਾ ਕੀ ਸਿਲਸਿਲਾ ਇਹਦਾ? ਪਟਾਈ ਜੀ, ਇਹਨੂੰ ਪਾਣੀ ਲਾ ਕੇ ਅਸੀਂ ਹੱਥਾਂ ਨਾਲ ਪੱਟੀ ਜਾਂਦੀ। ਇਹਨੂੰ ਮਸ਼ੀਨ ਦੇ ਨਾਲ ਮਤਲਬ ਲਾਉਂਦੇ ਹੋ? ਹਾਂ ਜੀ, ਬੀਜਣ ਵਾਲੀ ਵੀ ਮਸ਼ੀਨ ਹੈ ਜੀ। ਬਾਕੀ ਫਿਰ
ਉਹਦੀ ਕੀਮਤ ਹੈਗੀ ਆ ਜੀ 1.5 ਲੱਖ ਰੁਪਈਆ। ਅੱਛਾ, ਜਿਸ ਤਰ੍ਹਾਂ ਹੁਣ ਮੈਂ ਵੇਖ ਰਿਹਾ ਕੁਛ ਬੀਬੀਆਂ ਭੈਣਾਂ ਆ ਰਹੀਆਂ ਨੇ ਪਿੰਡਾਂ 'ਚ, ਜਿਹੜੇ ਸਥਾਨਕ ਲੋਕ ਨੇ, ਠੀਕ ਹੈ, ਨਰੇਗਾ ਵੀ ਹੈਗਾ ਅਤੇ ਉਹ ਸ਼ਾਇਦ ਉਹਨਾਂ ਲੋਕਾਂ ਨੂੰ ਵੀ ਰੁਜ਼ਗਾਰ ਮਿਲਦਾ, ਬਹੁਤ ਜ਼ਿਆਦਾ ਰੁਜ਼ਗਾਰ ਮਿਲਦਾ ਜੀ। ਇਹਨਾਂ ਨੇ ਬਹੁਤ ਵਧੀਆ ਆਪਣੇ ਘਰ ਬਣਾਏ ਹੋਏ ਨੇ ਜੀ, ਇਹਨਾਂ ਨੇ ਵੀ ਹਾਂ ਬਹੁਤ ਵਧੀਆ ਇਹ 4 ਮਹੀਨੇ ਇਹਨਾਂ ਨੂੰ ਰੁਜ਼ਗਾਰ ਮਿਲਦਾ ਜੀ ਨੇੜੇ ਤੇੜੇ ਦੇ ਪਿੰਡਾਂ ਨੂੰ। ਅੱਛਾ, ਨੇੜੇ ਤੇੜੇ ਐਂ ਦੱਸੋ ਵੀ ਇਹ ਜਿਹੜੀ ਜਿਵੇਂ ਤੁਸੀਂ ਕਹਿੰਦੇ ਹੋ ਵੀ ਇਹ 27 ਇੰਚ ਜਾਂ 26 ਇੰਚ ਦਾ ਬਿੱਲ ਦਾ ਮਸ਼ੀਨ ਉਹਦੇ ਵਾਂਗ ਬੈੱਡ ਬਣਦਾ ਹੋਊਗਾ ਆਪਣੀ ਆਲੂਆਂ ਵਾਂਗ, ਇਹ ਵੱਡਾ ਬੈੱਡ ਦੇ ਉੱਤੇ ਵੀ ਆਪਾਂ ਲਾ ਸਕਦੇ ਹਾਂ, ਮਸ਼ੀਨ ਚੱਲ ਜੂਗੀ ਉਹਦੇ ਉੱਤੇ? ਇਹਦੀ ਮਸ਼ੀਨ ਸਪੈਸ਼ਲ ਹੀ ਬਣਦੀ। ਅੱਛਾ, ਇਹਦੀ ਸਪੈਸ਼ਲ? ਭੈਣ ਜੀ ਉਹਨਾਂ ਨੂੰ ਪੁੱਛਦੇ ਆ ਤੁਸੀਂ ਗਾਜਰਾਂ ਪੱਟਦੇ ਹੋ, ਇਹ ਖਾਂਦੇ ਹੋ ਗਾਜਰ? ਸਬਜ਼ੀ ਨਹੀਂ ਬਣਾਉਂਦੇ? ਸਬਜ਼ੀ ਨਹੀਂ ਬਣਾਉਂਦੇ, ਖਾ ਲੈਂਦੇ ਆ ਜੀ। ਅੱਛਾ, ਕੱਚੀ ਖਾ ਲੈਂਦੇ ਹੋ? ਸਬਜ਼ੀ ਨਹੀਂ ਸਵਾਦ ਲੱਗਦੀ? ਖਾਧੀ ਹੋਣੀ ਜੀ ਕਦੇ? ਬਣਾਇਓ ਅੱਜ ਸਾਡੀ ਨੇ ਵੀ ਥੋੜਾ ਜਾ ਅਜੇ ਰੁਝਾਨ ਹੈ ਲਾਲੀ ਜੀ, ਮਤਲਬ ਅਸੀਂ ਪੰਜਾਬੀ ਆ, ਬਹੁਤ ਸਾਰੇ ਮਾਮਲੇ ਜਿਵੇਂ ਗਾਜਰ ਦਾ ਨਿਹੜਾ ਆ, ਸਾਡਾ ਵੀ ਨਿਹੜਾ ਆ, ਸ਼ਾਇਦ ਇਹ ਕਾਰਨ ਹੈ। ਲਾਲੀ ਜੀ ਟੈਕਨੀਕਲੀ ਤਕਨੀਕੀ ਤੌਰ ਤੇ ਕੀ ਵੇਖਦੇ ਹੋ? ਆਪ ਬੀਬੀਆਂ ਨੂੰ ਲੰਘ ਜਾਣ ਦਿਓ, ਤਕਨੀਕੀ ਤੌਰ ਤੇ ਕੀ ਵੇਖਦੇ ਹੋ? ਜਿਵੇਂ ਆਲੇ ਦੁਆਲੇ ਮੈਂ ਵੇਖ ਰਿਹਾ, ਕੈਮਰਾਮੈਨ ਵੀਰ ਨੂੰ ਕਹਾਂਗਾ ਥੋੜਾ ਜਿਹਾ ਆਲੇ ਦੁਆਲੇ ਦਿਖਾਓ, ਸਫੈਦਾ ਵੀ ਲੱਗਿਆ, ਸਰੋਂ ਵੀ ਹੈ, ਬੜਾ ਮਤਲਬ ਵਧੀਆ ਲੱਗਦਾ। ਤੇ ਇਸ ਤਰ੍ਹਾਂ ਜਿਹੜੀਆਂ ਹਲਕੀਆਂ ਜ਼ਮੀਨਾਂ ਨੇ ਜਾਂ ਜਿਵੇਂ ਜਿੱਥੇ ਜ਼ਿਆਦਾ ਮਾਰ ਹੈ ਗਾਵਾਂ ਦੀ, ਉੱਥੇ ਸ਼ਾਇਦ ਇਹ ਮਫੀਦ ਹੈ, ਅਗਰ ਰੇਟ ਦੀ ਥੋੜੀ ਜਿਹੀ ਕਿਰਪਾ ਰਹੇ, ਲੋਕ ਇਸ ਚੀਜ਼ ਨੂੰ ਖਾਣ। ਦੇਖੋ ਹਾਂ, ਟਵਾਣਾ ਸਾਹਿਬ ਸਭ ਤੋਂ ਵੱਡੀ ਤਾਂ ਗੱਲ ਹੈ ਵੀ ਰੇਟ ਜਿਹੜਾ ਮਿਲਣਾ ਚਾਹੀਦਾ ਇਹਨਾਂ ਦਾ ਵਾਜਬ, ਠੀਕ ਹੈ ਕਿ ਨਹੀਂ? ਆਲੂਆਂ ਵਾਂਗ ਬਿਲਕੁਲ ਇਹ ਕੱਚੀ ਫਸਲ ਆ ਇਹ, ਠੀਕ ਹੈ ਕਿ ਨਹੀਂ? ਕੱਚੀ? ਅੱਛਾ ਅੱਛਾ, ਜਿਵੇਂ ਖਰਚਾ ਜਿਹਨਾਂ ਨੇ ਦੱਸਿਆ ਜਿਵੇਂ ਆਲੂਆਂ ਵਾਂਗੂ ਕੱਚੀ ਫਸਲ ਹੈ, ਪਰ ਇਹ ਤਾਂ ਮਤਲਬ ਮਈ ਜੂਨ ਤੱਕ ਮੈਂ ਦੇਖਿਆ ਪਿਛਲੇ ਵਾਰੀ ਉਹ ਸਾਡੀ ਜ਼ਮੀਨ ਜਿਹੜੇ ਵਾਹੁੰਦੇ ਸੀ ਮੁੰਡੇ, ਉਹ ਵੀ ਕਹਿੰਦੇ ਸੀ ਗਾਜਰ ਲਾਉਣੀ ਆ। ਅੰਮ੍ਰਿਤਸਰ, ਜਲੰਧਰ 'ਚ ਤੁਸੀਂ ਕਿਸਾਨ ਵੀ ਖੁਦ ਜਾ ਕੇ ਸਟੋਰ ਕਰ ਦਿੰਦਾ, ਫਿਰ ਮਨ ਮਰਜ਼ੀ ਦੇ ਰੇਟ ਜਦੋਂ ਮਾਰਕੀਟ ਠੀਕ ਹੁੰਦੀ ਹੈ ਵੇਚ ਦਿੰਦਾ? ਨਹੀਂ ਜੀ, ਸਟੋਰ ਨਹੀਂ ਜੀ, ਅਸੀਂ ਕਰਦੇ ਹਾਂ ਜੀ। ਅੱਛਾ, ਤੁਸੀਂ ਨਹੀਂ ਕਰਦੇ? ਆਮ ਕਰ ਸਕਦਾ ਬੰਦਾ? ਨਹੀਂ ਜੀ, ਉਹ ਤਾਂ ਵਪਾਰੀ ਉਹ ਕਰਦੇ ਨੇ ਜੀ ਸਟੋਰ, ਅਸੀਂ ਨਹੀਂ ਕਰਦਾ ਜਿਹਨਾਂ ਨੂੰ ਮਾਰਕੀਟ ਦਾ ਭੇਜਦਾ। ਕਾਰਨ ਦੇਖੋ ਪਤਾ ਕੀ ਗੱਲ ਆ, ਅਸੀਂ ਜਿਹੜੇ ਕਿਸਾਨ ਲੋਕ ਆ ਵੀ ਅਸੀਂ ਪਹਿਲਾਂ ਹੀ ਆਲਮੋਸਟ ਵੀ ਇੱਧਰ ਤੇ ਖਰਚਾ ਕਰਿਆ ਵਾ ਹੁੰਦਾ, ਤੇ ਠੀਕ ਹੈ ਕਿ ਨਹੀਂ? ਵਪਾਰੀ ਦੇਖੋ ਸਾਡਾ ਕੰਮ ਹੁੰਦਾ ਵੀ ਫਸਲ ਨੂੰ ਤਿਆਰ ਕਰਕੇ ਵੇਚਣਾ, ਠੀਕ ਹੈ ਕਿ ਨਹੀਂ? ਅੱਗੇ ਦੇ ਦੇਣੀ, ਉਸ ਤੋਂ ਬਾਅਦ ਫਿਰ ਵਪਾਰੀ ਦੇ ਹੱਥਾਂ ਚਲੇ ਜਾਂਦੀ ਆ। ਮੈਂ ਕਿਉਂਕਿ ਇਹਦਾ ਖਪਤਕਾਰ ਹਾਂ, ਮੈਂ ਵੇਖਿਆ ਵੀ 35 ਰੁਪਏ ਤੋਂ ਘੱਟ ਇਹ ਬਾਜ਼ਾਰ 'ਚ ਮੈਨੂੰ ਕਿਤੇ ਨਹੀਂ ਮਿਲੀ। ਕਿਸਾਨ ਜਾਂਦਾ ਇਕੱਠਾ ਟੈਂਪੂ ਵੇਚ ਆਉਂਦਾ, ਜੇ ਆਊਟਲੈਟ ਬਣਨ ਪਿੰਡਾਂ 'ਚ, ਜਿਵੇਂ ਇਹ ਸਟੋਰੇਜ ਦਾ ਕੰਸੈਪਟ ਪਿੰਡਾਂ 'ਚ ਹੋਵੇ, ਆਪਣੀ ਸਟੋਰ ਕਰਨ ਜੋਗਾ ਕੋਠਾ ਜਾਂ ਰੈਫਰੀਜਰ ਛੋਟਾ ਲਾ ਕੇ ਸਟੋਰ ਆਪਣੇ ਪੱਧਰ 'ਤੇ ਵੀ ਲਾਲੀ ਜੀ ਹੋ ਸਕਦੀਆਂ। ਇੱਕ ਮਿੰਟ ਟਵਾਣਾ ਸਾਹਿਬ, ਗੱਲ ਪਤਾ ਕੀ ਗੱਲ ਆ, ਹੁਣ ਜਿਵੇਂ ਅਸੀਂ ਆਲੂਆਂ ਦੀ ਖੇਤੀ ਕਰਦੇ ਹਾਂ, ਅਸੀਂ ਵਾਹਵਾ ਮਤਲਬ ਕਿ ਜ਼ਮੀਨ ਲੀਜ਼ ਪਰ ਵੀ ਲੈ ਲੈਣਾ ਥੋੜ੍ਹੀ ਬਹੁਤ, ਅਤੇ ਬਾਕੀ ਆਪਣੀ ਘਰ ਦੀ ਚਲੋ ਜ਼ਮੀਨ ਸੁੱਖ ਨਾਲ ਹੈਗੀ ਆ, ਜਿਹੜੇ ਬੰਦੇ ਨੇ ਠੇਕੇ 'ਤੇ ਜ਼ਮੀਨ ਲੈਣੀ ਆ, ਕਿਉਂਕਿ ਉਹਦਾ ਮਾਮਲਾ ਵੀ ਦੇਣਾ, ਠੀਕ ਹੈ ਕਿ ਨਹੀਂ? ਮਜ਼ਬੂਰੀ ਹੋ ਜਾਂਦੀ ਆ। ਦੇਖੋ ਇਹਦੇ 'ਚ ਜਿਹੜਾ ਵਿੱਚ ਵੀ ਪਾਰਟ ਹੁੰਦਾ, ਇਹਨੂੰ ਕੀ ਕਹਿੰਦੇ ਆ ਪੰਜਾਬੀ 'ਚ, ਜੇ ਕਹੀ ਨਿਹੜਾ ਕਹਿੰਦੇ ਆ, ਨਿਹੜਾ ਵਿਚਲਾ ਨਿਹੜਾ ਬਹੁਤ ਘੱਟ ਹੈ, ਸਿਰਫ ਲਾਸਟ ਦੇ ਵਿੱਚ ਜਾ ਕੇ ਬਹੁਤ ਥੋੜ੍ਹਾ, ਜਾਣੀ ਇਹਦੇ ਵਿੱਚ ਵੇਸਟੇਜ ਬਹੁਤ ਘੱਟ ਆ। ਬਾਈ ਜੀ ਦੱਸਦੇ ਆ ਕਿ ਕਸ਼ਮੀਰੀ ਸਣੇ ਨਿਹੜੇ ਖਾ ਲੈਂਦੇ ਆ, ਪਰ ਸਾਡਾ ਇਸ ਗਾਜਰ ਪ੍ਰਤੀ ਨਿਹੜਾ ਬਹੁਤ ਹੈ ਪੰਜਾਬੀ ਵਾਲਾ। ਇਸ ਤਰ੍ਹਾਂ ਮਤਲਬ ਇਹਦੀ ਫਿਰ ਜਿਹੜੀ ਹੁਣ ਇਹ ਤੁਸੀਂ ਪੱਟੀ ਹੈ, ਇਹਦੀ ਸਟੋਰ ਕਰਨ ਦੇ ਉਮਰ ਕਿੰਨੀ ਕੁ ਹੈ ਵੀ ਅਗਸਤ ਤੱਕ ਪਈ ਰਹੀ ਸਕਦੀ ਹੈ? ਸਟੋਰ 'ਚ ਤਾਂ ਸਾਰਾ ਸਾਲ ਪਈ ਰਹਿੰਦੀ ਹੈ ਜੀ। ਸਟੋਰ 'ਚ ਤਾਂ ਬਿਨਾਂ ਧੋਤੇ ਰੱਖਦੇ ਹੋ? ਬਿਨਾਂ ਧੋਤੇ ਜੀ, ਬਿਨਾਂ ਧੋਤੇ ਰੱਖਦੇ ਹਾਂ ਜੀ ਉੱਥੇ ਤਾਂ। ਆਲੂ ਵਾਲਾ ਕਨਸੈਪਟ ਆ ਬਿਲਕੁਲ ਸੇਮ ਉੱਦਾਂ ਹੀ ਆ, ਆਪਾਂ ਰੱਖ ਸਕਦੇ ਹਾਂ, ਕਿਉਂਕਿ ਜਦੋਂ ਆਪਣਾ ਠੰਡ ਦੇ ਵਿੱਚ ਹੋਊਗੀ ਪੈ ਗਈ ਮਤਲਬ ਉਹ 'ਚ ਰੱਖੀ ਗਈ, ਤੁਹਾਨੂੰ ਜਿੰਨਾ ਮਰਜ਼ੀ ਟਾਈਮ ਰੱਖ ਲਓ। ਜਿਵੇਂ ਇਸ ਵਾਰੀ ਹੁਣ ਤੁਸੀਂ ਦੱਸ ਦਿਓ, ਕਿਉਂਕਿ ਅਜੇ ਲਾਲ ਗਾਜਰ ਹੈ, ਇਸ ਕਰਕੇ ਮਾਰਕੀਟ 'ਚ ਮੰਦਾ, ਪਰ ਮੈਂ ਵੇਖਿਆ ਤਾਂ ਰੇਟ 35 ਰੁਪਏ ਤੋਂ 60 ਰੁਪਏ ਤੱਕ ਮੈਂ ਖੁਦ ਖਰੀਦਦਾ। ਮੈਂ ਦੇਖਿਆ ਜਿੰਨਾ ਕੁ ਵੀ ਅਸੀਂ ਛੋਟੀ ਮੋਟੀ ਪਾਈ ਆ, ਕਿਲੋ ਅੱਧ ਕਿਲੋ 2 ਕਿਲੋ ਖਰੀਦਦੇ ਹਾਂ, ਵੀ 60 ਰੁਪਏ ਤੱਕ ਇਹਦਾ ਰੇਟ ਜਾਂਦਾ। ਤੁਸੀਂ ਕਿੰਨੇ ਸਾਲਾਂ ਤੋਂ ਕਰਦੇ ਹੋ? ਕੀ ਇੱਧਰ ਵੀ ਮੈਂ ਵੇਖ ਰਿਹਾ ਤੁਹਾਡਾ ਹੀ ਖੇਤ ਆ, ਮੇਰੇ ਖਿਆਲ 1.5-2 ਏਕੜ 2.5 ਏਕੜ ਹੋਣਾ, ਤੇ ਇਸ ਦੌਰਾਨ ਮਤਲਬ ਇਹਦਾ ਖਹਿੜਾ ਨਹੀਂ ਛੱਡੋਗੇ ਤੁਸੀਂ ਮੈਨੂੰ ਲੱਗਦਾ? ਨਹੀਂ ਜੀ, ਖਹਿੜਾ ਤਾਂ ਨਹੀਂ ਛੱਡਾਂਗੇ ਜੀ,
ਪਰ ਸਾਡੀ 10-12 ਰੁਪਈਏ ਤੋਂ ਵੱਧ ਨਹੀਂ ਵਿਕਦੀ ਇਹ ਕਦੇ ਵੀ ਅੱਛਾ 12 ਰੁਪਈਏ ਤੋਂ ਫਿਰ ਵੀ 12 ਖਾਈ ਜਾਂਦਾ ਹਾਂ 12 ਤਾਂ ਖਾਈ ਜਾਂਦਾ ਜੀ ਮਤਲਬ ਫਿਰ ਵੀ 12 ਖਾਈ ਜਾਂਦਾ ਜੇ ਕਿਤੇ ਜਿਵੇਂ ਹੁਣ ਮਾਰਕੀਟ 'ਚ 30 ਰੁਪਏ ਵਿਕਦੀ ਹੈ 35 ਰੁਪਏ ਵਿਕਦੀ ਹੈ ਸਾਰਾ ਪ੍ਰੋਫਿਟ ਉੱਪਰਲਿਆਂ ਨੂੰ ਜੀ ਸਾਰਾ ਪ੍ਰੋਫਿਟ ਸਾਨੂੰ ਮੰਗ ਵੱਧ ਗਈ ਪੂਰਤੀ ਘੱਟ ਗਈ ਮੰਗ ਵੱਧ ਗਈ ਇਹ ਤਾਂ ਇਕਨੋਮਿਕਸ ਦਾ ਜੇ ਕਿਸਾਨ ਕੋਲ ਕੋਈ ਇਸ ਤਰ੍ਹਾਂ ਵੇਚਣ ਦਾ ਪ੍ਰੋਸੈਸ ਹੋਵੇ ਨਾ ਆਪਣਾ ਆਊਟਲੈਟ ਬਣਾ ਕੇ ਸ਼ਾਇਦ ਜ਼ਿਆਦਾ ਪ੍ਰੋਫਿਟ ਹੋ ਸਕਦਾ ਨਹੀਂ ਉਹ ਤਾਂ ਹੈਗਾ ਟਵਾਣਾ ਸਾਹਿਬ ਜਿਵੇਂ ਹੁਣ ਅਸੀਂ ਆਲੂ ਆ ਪਤਾ ਨਹੀਂ ਕਿੰਨੇ ਹਜ਼ਾਰ ਕੱਟਾ ਅਸੀਂ ਉਹ ਕਰਦੇ ਅਸੀਂ ਸਾਰਾ ਸੇਵ ਨਹੀਂ ਕਰ ਪਾਉਂਦੇ ਹੈਗੇ ਠੀਕ ਹੈ ਕਿ ਨਹੀਂ ਉਸ ਤੋਂ ਬਾਅਦ ਦੇਖੋ ਇੱਕ ਆਲੂ ਚਿਪਸ ਵਾਲਾ ਜਿਹੜਾ ਅਸੀਂ ਲਾਉਂਦੇ ਹਾਂ ਉਹਦੀ ਨਮਕੀਨ ਵੀ ਬਣਦੀ ਆ ਦੇਖ ਲਓ 40-40 ਰੁਪਏ ਤੱਕ ਨਮਕੀਨ ਦਾ ਮਿਲਦਾ ਪਹਿਲਾਂ 250 ਗ੍ਰਾਮ ਦਾ 250 ਗ੍ਰਾਮ 500 ਗ੍ਰਾਮ ਦਾ ਠੀਕ ਹੈ ਕਿ ਨਹੀਂ ਆਲੂ ਸਾਡਾ ਵਿਕਦਾ 4 ਰੁਪਏ 5 ਰੁਪਏ 6 ਰੁਪਏ ਹੁਣ ਇਸ ਤੋਂ ਬਾਅਦ ਥੋੜਾ ਜਿਹਾ 700 ਰੁਪਏ ਕੱਟਾ ਵਿਕ ਰਿਹਾ ਸੋ ਤਾਂ ਆਪਾਂ ਨੂੰ ਬੱਚਤ ਹੁੰਦੀ ਹੈ ਅਦਰਵਾਈਜ਼ ਜਿਵੇਂ ਬਾਈ ਜੀ ਸਰਪੰਚ ਸਾਹਿਬ ਕਹਿੰਦੇ ਨੇ ਨਾ ਵੀ 10 ਰੁਪਏ ਤੋਂ ਪਲੱਸ ਕਿਉਂਕਿ ਯੀਲਡ ਵੀ ਦੇਖਣੀ ਆਪਾਂ ਅੱਛਾ ਇਹਦਾ ਜਿਵੇਂ ਆਪਣਾ ਦੇਖੋ ਕਿੱਡਾ ਸੋਹਣਾ ਟੈਂਪੂ ਲੱਦਿਆ ਸੰਤਰੀ ਕੇਸਰੀ ਭਾਅ ਮਾਰਦਾ ਇਸ ਤਰ੍ਹਾਂ ਸਤਿੰਦਰ ਬਾਈ ਜੀ ਇਹ ਦੱਸੋ ਕਿ ਜਿਵੇਂ ਡਾਇਵਰਸੀਫਿਕੇਸ਼ਨ ਹੈ ਕਿ ਫਸਲ ਜਿਵੇਂ ਕਣਕ ਝੋਨਾ ਜੇ ਤੁਸੀਂ ਇੱਕ ਵਾਰੀ ਤਬਦੀਲ ਕਰ ਲੈਂਦੇ ਤਾਂ ਅਗਲੀ ਫਸਲ ਤੇ ਬਿਹਤਰ ਰਹਿੰਦਾ ਅਸਰ ਕੋਈ ਹਾਂਜੀ ਅਗਲੀ ਫਸਲ ਤਾਂ ਅਸੀਂ ਝੋਨਾ ਹੀ ਲਾਉਂਦੇ ਹਾਂ ਜੀ ਅੱਛਾ ਬਸ ਇਹ ਕਣਕ ਦਾ ਬਦਲਾਓ ਹੈ ਗਾਜਰ ਜੀ ਕਣਕ ਦਾ ਬਦਲਾਅ ਗਾਜਰ ਹਾਂਜੀ ਜਿਵੇਂ ਹੁਣ ਤੁਸੀਂ ਮਤਲਬ ਦੁਬਾਰਾ ਬੀਜ ਰਹੇ ਉਸੇ ਖੇਤ ਚ ਪੱਟ ਕੇ ਹਾਂਜੀ ਇਹ ਪਹਿਲੀ ਵਾਰੀ ਹੈ ਜੀ ਉਦੋਂ ਮਤਲਬ ਇਹਨੂੰ ਸਟੋਰ ਵਾਲੀ ਨਹੀਂ ਇਹ ਫਰੈਸ਼ ਮਾਰਕੀਟ ਚ ਜਾਏਗੀ ਹਾਂ ਫਰੈਸ਼ ਜਾਏਗੀ ਇਹ ਕਦੋਂ ਤਿਆਰ ਹੋ ਜਾਏਗੀ ਇਹ ਕਿੰਨੇ ਦਿਨ ਇਹ 3 ਮਹੀਨੇ ਬਾਅਦ ਤਿਆਰ ਹੋ ਜਾਏਗੀ 3 ਮਹੀਨੇ ਮਤਲਬ ਜੂਨ ਚ ਜਾ ਕੇ ਜਦੋਂ ਇਹਦੀ ਪੂਰੀ ਡਿਮਾਂਡ ਹੈ ਕਸ਼ਮੀਰ ਚ ਵੀ ਪੰਜਾਬ ਚ ਵੀ ਹਿਮਾਚਲ ਚ ਵੀ ਫਿਰ ਇਹ ਫਰੈਸ਼ ਗਾਜਰ ਜਾਏਗੀ ਹਾਂਜੀ ਹਾਂਜੀ ਜਿਵੇਂ ਤਾਜ਼ੇ ਆਲੂ ਦੀ ਡਿਮਾਂਡ ਹੈ ਇੱਕ ਮੈਨੂੰ ਮੜਾ ਇੱਕ ਦਿਓ ਸੁਝਾਅ ਵੀ ਦਿਓ ਆਪਾਂ ਕਹਿੰਦੇ ਤੁਹਾਨੂੰ ਕੁਐਸਚਨ ਵੀ ਪੁੱਟ ਕਰ ਰਿਹਾ ਮੈਂ ਬੇਸਿਕਲੀ ਇਹ ਸਰਦੀ ਦੀ ਫਸਲ ਹੈ ਤੁਸੀਂ ਹੁਣ ਇਸ ਵਾਰ ਤਜਰਬਾ ਕਰ ਰਹੇ ਹੋ ਵੀ ਇਹਨੇ ਦੁਬਾਰਾ ਲਾਉਣ ਦਾ ਨਹੀਂ ਇਹ ਮੈਂ ਵੀ ਦੇਖਿਆ ਮੈਂ ਪਿਛਲੇ ਸਾਲ ਲੇਟ ਲਾਈ ਸੀ ਆਪਣੀ ਬਗੀਚੀ ਚ ਤੇ ਜੂਨ ਚ ਮੈਂ ਵੀ ਪੱਟ ਕੇ ਖਾਧੀਆਂ ਦੂਸਰੀ ਗਾਜਰ ਨਾਲੋਂ ਮੇਰੇ ਖਿਆਲ ਇਹ ਜ਼ਿਆਦਾ ਸਟਰੋਂਗ ਹੈ ਨਾ ਹੋ ਤਾਂ ਜਾਊਗੀ ਜੀ ਨਿਕਾਲ ਇਹਦਾ ਬਹੁਤ ਘੱਟ ਹੋਊਗਾ ਜੀ ਸਾਨੂੰ ਪਰ ਮਾਰਕੀਟ ਅੱਛੀ ਮਿਲ ਸਕਦੀ ਮਾਰਕੀਟ ਅੱਛੀ ਮਿਲ ਸਕਦੀ ਹੈ ਓਕੇ ਅੱਛਾ ਜਿਸ ਤਰ੍ਹਾਂ ਇਹਨੂੰ ਜ਼ਿਆਦਾ ਖਰਚਾ ਜਿਵੇਂ ਤੁਸੀਂ ਦੱਸ ਹੈ ਜੀ ਮੀਂਹ ਜ਼ਿਆਦਾ ਪੈ ਗਿਆ ਜੀ ਫਿਰ ਤਾਂ ਇਹ ਖਰਾਬ ਹੋ ਜੂ ਖਤਮ ਹੋ ਜੂ ਜੀ ਹਾਂ ਜਿਵੇਂ ਪਿਛਲੇ ਸਾਲ ਗੜਿਆਂ 'ਚ ਖਰਾਬ ਹੋ ਗਈ ਸੀ ਦੇ ਮਾਨੋਰੀ ਆਏ ਸੀ ਇਲਾਕੇ ਦੇ ਐਮਐਲਏ ਉਦੋਂ ਬਹੁਤ ਨੁਕਸਾਨ ਹੋਇਆ ਸੀ ਜੇ ਮਤਲਬ ਜਿਵੇਂ ਚੇਤ 'ਚ ਵਾਰਸ਼ਾਂ ਆਉਂਦੀਆਂ ਨੇ ਉਹਦੇ ਨਾਲ ਸ਼ਾਇਦ ਟੁੱਟ ਸਕਦੀ ਹੈ ਉੱਤੋਂ ਜਿਹੜਾ ਇਹਦਾ ਬੁੱਝਾ ਇਹ ਉੱਚਾ ਖੇਤ ਕਰਕੇ ਲਗਾਈ ਹੈ ਜੀ ਉੱਚਾ ਖੇਤ ਹੈ ਵੈਸੇ ਸਾਰੇ ਪਾਸਿਓਂ ਆ ਦੇਖੋ ਮਤਲਬ ਇਹਨੂੰ ਪਾਣੀ ਦੀ ਘੱਟ ਲੋੜ ਪੈਂਦੀ ਹੈ ਪਾਣੀ ਦੀ ਹੁਣ ਤਾਂ ਲੋੜ ਪਊਗੀ ਜੀ ਗਰਮੀ 'ਚ ਤਾਂ ਜ਼ਿਆਦਾ ਹਾਂਜੀ ਓਕੇ ਅੱਛਾ ਇੱਕ ਇਹ ਦੱਸੋ ਜਿਸ ਤਰ੍ਹਾਂ ਮਤਲਬ ਘਰਾਂ 'ਚ ਅਗਰ ਇਹਨੂੰ ਵਰਤੀਏ ਤਾਂ ਬਿਹਤਰ ਹੈ ਜ਼ਰੂਰ ਕੋਸ਼ਿਸ਼ ਕਰਿਓ ਦੋਸਤੋ ਲੈ ਕੇ ਬਹੁਤ ਅੱਛੀ ਹੈ ਇਹਦੇ ਸਾਇੰਟੀਫਿਕ ਇਹਦੇ ਗੁਣ ਬਹੁਤ ਅੱਛੇ ਨੇ ਜੇ ਤੁਸੀਂ ਵੇਖੋ ਵਿਸ਼ਵ ਭਰ ਦੇ ਵਿੱਚ ਲਾਲ ਗਾਜਰ ਨਾਲੋਂ ਇਹ ਗਾਜਰ ਜ਼ਿਆਦਾ ਖਾਧੀ ਜਾਂਦੀ ਹੈ ਅਤੇ ਵਿਕਦੀ ਹੈ ਜਿਹੜਾ ਇਸਨੂੰ ਸਭ ਤੋਂ ਜ਼ਿਆਦਾ ਖਰਚਾ ਲਾ ਲਈ ਜੀ ਮੈਂ ਵੇਖਿਆ ਜਿਵੇਂ ਇਹਨਾਂ ਨੇ ਦੱਸਿਆ ਕਿ 25,000 ਰੁਪਏ ਕਿਲੋ ਬੀਜ ਹੈ ਜਿਹੜਾ ਬੀਜ ਤੇ ਸੀਡ ਕੰਪਨੀਆਂ ਦਾ ਮਾਫੀ ਆ ਉਹ ਜ਼ਿਆਦਾ ਪ੍ਰੋਫਿਟ ਕਰਦਾ ਕੀ ਇਸਦਾ ਬੀਜ ਕੋਈ ਆਪਣੇ ਤੌਰ 'ਤੇ ਅਗਰ ਆਜ਼ਾਦ ਹੁੰਦਾ ਹੋ ਤਾਂ ਨਹੀਂ ਸਕੇਗਾ ਜੈਨੈਟਿਕਲੀ ਕਿਉਂਕਿ ਖਤਮ ਕੀਤਾ ਹੋਇਆ ਜਰਮੀਨੇਸ਼ਨ ਤਾਂ 25,000 ਜੇ ਬੀਜ ਦਾ ਖਰਚਾ ਘੱਟ ਜੇ ਮੇਰਾ ਖਿਆਲ ਕਿਸਾਨ ਨੂੰ ਜ਼ਿਆਦਾ ਫਾਇਦਾ ਰਹੇ ਹਾਂਜੀ ਉਹ ਤਾਂ ਹੈ ਜੀ ਉਹ ਸਾਨੂੰ 25,000 ਪਹਿਲਾਂ ਹੀ ਫਾਇਦਾ ਹੋ ਜੂ ਜੀ ਉਹਦਾ 1 ਏਕੜ 'ਚ ਕਿੰਨਾ ਬੀਜ ਪੈਂਦਾ ਤੁਹਾਡਾ ਇਹ ਕਿਲੋ ਹੀ ਪੈ ਜਾਂਦਾ ਜੀ ਮਤਲਬ 1 ਏਕੜ 'ਚ 25,000 ਦਾ ਤਾਂ ਬੀਜ ਪੈ ਗਿਆ ਲਾਲੀ ਜੀ ਜੇ ਤਾਂ ਕੋਈ ਬਦਲ ਹੋਵੇ ਨਾ ਸਰਕਾਰਾਂ ਕੋਸ਼ਿਸ਼ ਕਰਨ ਇੱਥੇ ਅਸਲ ਦੇ ਵਿੱਚ ਕੰਪਨੀਆਂ ਦੀ ਮੈਂ ਕਹਿੰਦਾ ਬਹੁਤ ਵੱਡੀ ਗੇਮ ਹੈ ਲੁੱਟ ਹੈ ਟਵਾਣਾ ਸਾਹਿਬ ਉਹੀ ਮੈਂ ਤੁਹਾਨੂੰ ਸੇਮ ਕਨਸੈਪਟ ਦੱਸ ਰਿਹਾ ਆਲੂ ਦਾ ਇਹੀ ਗੱਲ ਉਹ ਜਿਹੜਾ ਮੈਂ ਪਹਿਲਾਂ ਦੱਸ ਕੇ ਹਟਿਆ ਵੀ ਇੱਕ ਆਲੂ ਦੇ ਵਿੱਚ ਇੱਕ ਪੂਰਾ ਲੇਜ਼ ਦਾ ਪੈਕਟ ਬਣ ਜਾਂਦਾ 10 ਰੁਪਏ ਦਾ ਦੇ ਲਓ ਤੁਸੀਂ ਆਲੂ ਉਦਾਂ 10 ਰੁਪਏ ਕਿਲੋ ਵਿਕ ਰਿਹਾ ਠੀਕ ਹੈ ਕਿ ਨਹੀਂ ਹੁਣ ਇੱਕ ਆਲੂ ਕਿੰਨੇ ਗ੍ਰਾਮ ਦਾ ਹੋਊਗਾ ਤੁਸੀਂ ਆਪਣੇ ਹਿਸਾਬ ਲਾ ਲਓ ਠੀਕ ਹੈ ਕਿ ਨਹੀਂ ਕੰਪਨੀਆਂ ਵਾਕਈ ਪ੍ਰੋਫਿਟ ਜ਼ਿਆਦਾ ਕਮਾਉਂਦੀਆਂ ਨੇ ਪਿੰਡ ਵਾਲੇ ਬਾਈ ਜੀ ਨੂੰ ਪੁੱਛਦੇ ਆ ਰਾਮ ਸਿੰਘ ਜੀ ਕੀ ਲੱਗਦਾ ਕਈ ਵਾਰੀ ਜਿਵੇਂ ਹੁੰਦਾ ਹੈ ਨਾ ਕਿ ਫਲਾਣੇ ਬੰਦੇ ਨੇ ਨਵੀਂ ਫਸਲ ਲਾ ਲਈ ਘਾਟਾ ਪੈ ਜੇ ਟਿੱਚਰਾਂ ਬਹੁਤ ਕਰਦੇ ਆ ਨਾ ਹਾਂ ਜੀ ਟਿੱਚਰਾਂ ਕਰਨ ਵਾਲੇ ਤਾਂ ਵਾਧੂ ਨੇ ਜੀ ਇਹ ਕਹਿੰਦੇ ਉਹ ਗਾਜਰਾਂ ਵਾਲਿਆ ਕਿਵੇਂ ਆ ਫਿਰ ਬੰਦਾ ਛੱਡ ਜਾਂਦਾ ਕਿ ਕਣਕ ਝੋਨਾ ਹੀ ਠੀਕ ਹੈ ਨਾ ਪਰ ਤੁਹਾਡੇ ਪਿੰਡ ਦੇ ਬੰਦੇ ਸਰੋ ਨੇ ਨਾ ਸਿਰੜੀ ਨੇ ਹਾਂ ਜੀ ਸਿਰੜੀ ਕਿਉਂ ਬਾਈ ਜੀ ਕਿਉਂਕਿ ਜਿਹੜਾ ਕਿਸਾਨ ਅਗਾਂਹ ਵਧੂ ਹੈ ਨਾ ਜੇ ਕੋਈ ਇਸ ਤਰ੍ਹਾਂ ਦਾ ਤਜਰਬਾ ਕਰਦਾ ਤੇ ਸੱਥ 'ਚ ਬੈਠੇ ਨਾ ਉਹਨੂੰ
ਭੰਡਦੇ ਬਹੁਤ ਭੰਡਦੇ ਨੇ ਜੀ। ਮੈਂ ਬਹੁਤ ਵਾਰੀ ਕਿਹਾ ਬਾਈ ਰਾਮ ਸਿੰਘ ਨੂੰ, ਕਹਿੰਦੇ ਨੇ 2 ਸਾਲ ਹੋ ਗਏ, ਮੈਂ ਕਿਹਾ ਤੂੰ ਕਣਕ ਦੇ ਸਾਨੂੰ 1 ਕਿੱਲੇ ਗੱਜ ਸਾਂਭਦਾ, ਅੱਜ ਕੱਲ੍ਹ ਅਗੇ ਮੰਦਾ ਪੈ ਜਾਂਦਾ ਨਾ ਜੀ, 2 ਰੁਪਏ ਕਿਲੋ ਦਾ ਲੇਬਰ ਪੈ ਜਾਂਦਾ ਵੀਰ ਜੀ ਇੱਥੇ। ਹੁਣ ਇਹ ਗੱਡੀ ਭੇਜੀ ਅੰਮ੍ਰਿਤਸਰ ਨੂੰ 6500 ਰੁਪਏ, 2 ਰੁਪਏ ਇਹਦੇ ਨਿਕਲ ਗਏ। ਦੇਖੋ ਇਹ ਖਰਚਾ ਜ਼ਿਆਦਾ ਨਿਕਲਦਾ, ਖਰਚਾ ਜ਼ਿਆਦਾ ਨਿਕਲਦਾ। ਸਤਿੰਦਰ ਵੀਰ ਜੀ, ਬਹੁਤ ਸਾਰੇ ਕਿਸਾਨ ਸ਼ਾਇਦ ਤੁਹਾਡੀ ਗੱਲ ਤੋਂ ਪ੍ਰਭਾਵਿਤ ਹੋਣ, ਜਾਣਨਾ ਚਾਹੁਣ, ਜਿਵੇਂ ਚੌਹਾਨਕਿਆਂ ਦੀ ਮਿੱਠੀ ਗਾਜਰ ਹੈ, ਉਮੀਦ ਹੈ ਕਿ ਖੇੜੀ ਜੱਟਾਂ ਦੀ ਗਾਜਰ ਦੀਆਂ ਵੀ ਗੱਲਾਂ ਦੂਰ ਦੂਰ ਹੋਣ। ਡਾਇਵਰਸੀਫਿਕੇਸ਼ਨ ਸਮੇਂ ਦੀ ਜ਼ਰੂਰਤ ਵੀ ਹੈ। ਅਸੀਂ ਅਗਰ ਖਪਤ ਵਧਾਈਏ, ਸਾਡਾ ਕਿੰਨੂ ਰੁਲ ਰਿਹਾ, ਅਸੀਂ ਕਿੰਨੂ ਦਾ ਜੂਸ ਨਹੀਂ ਪੀਂਦੇ, ਵਿਆਹ ਸ਼ਾਦੀ 'ਚ ਦੇ ਕੋਕ ਅਤੇ ਕੋਕ ਦੇ ਮਜੀਟਾਂ ਅਤੇ ਮਜੀਟਾਂ। ਸੋ ਇਸ ਕਰਕੇ ਉਸ ਨੂੰ ਬਚੀਏ, ਜਿਹੜਾ ਕਿਸਾਨ ਫਾਰਮ 'ਤੇ ਪੈਦਾ ਕਰਦਾ, ਫੈਕਟਰੀ ਤੋਂ ਨਹੀਂ ਫਾਰਮ ਨਾਲ ਜੁੜੀਏ। ਸੋ ਜ਼ਰੂਰ ਇਹਨੂੰ ਟੇਸਟ ਕਰੋ, ਗਜਰੇਲਾ ਬਣਾਉਣਾ ਇਹਦਾ ਬਣਾਓ, ਅਤੇ ਸਬਜ਼ੀ ਬਣਾਉਣੀ ਇਹਦਾ ਬਣਾਓ। ਅਤੇ ਸਤਿੰਦਰ ਸਿੰਘ ਬਾਈ ਜੀ, ਆਪਣਾ ਕੰਟੈਕਟ ਨੰਬਰ ਅਤੇ ਜ਼ਰੂਰ ਜਾਣਕਾਰੀ ਦਿਓ, ਇਹਦੇ ਬਾਰੇ ਹੋਰ ਕੋਈ ਤਜਰਬਾ ਉਹ ਵੀ ਸਾਂਝਾ ਕਰਿਓ। ਕੰਟੈਕਟ ਨੰਬਰ 98158 ਜੀ, 40727 ਜੀ। ਸਤਿੰਦਰ ਸਿੰਘ, ਪਿੰਡ ਖੇੜੀ ਜੱਟਾਂ, ਡਿਸਟ੍ਰਿਕਟ ਪਟਿਆਲਾ। ਹਾਂਜੀ। ਸੋ ਲਾਲੀ ਜੀ, ਕੀ ਲੱਗਦਾ ਟੋੜਾ ਸਾਹਿਬ ਇਸ ਦੇ ਬਾਰੇ, ਹੋਰ ਤੁਹਾਡਾ ਤਜਰਬਾ? ਤੁਸੀਂ ਹੁਣ ਯੂਪੀ 'ਚ ਬੀਜੋਗੇ ਇਸ ਵਾਰੀ? ਹਾਂਜੀ ਹਾਂ, ਅਗਲੀ ਆਪਾਂ ਕਾਲੇ ਚੌਲ ਵੀ ਬੀਜੇ ਸੀ, ਖਰੀਦਦੇ ਨਹੀਂ ਕੋਈ। ਟਵਾਣਾ ਸਾਹਿਬ, ਗੱਲ ਤਾਂ ਫਿਰ ਉੱਥੇ ਆ ਗਈ ਨਾ ਜੀ, ਗੱਲ ਤਾਂ ਸੇਲ ਦੀ ਆ ਗਈ, ਵੇਚਣ ਦੀ ਗੱਲ ਆ ਗਈ। ਜੇ ਮਤਲਬ ਮਤਲਬ ਵੀ ਆਪਾਂ ਨੂੰ ਬਾਜੋ, ਜਿਵੇਂ ਤੁਹਾਡੇ ਫਾਰਮ ਦੇ ਨੇੜੇ ਲਖਨਊ ਆ, ਬਰੇਲੀ ਆ, ਵੱਡੇ ਸ਼ਹਿਰ ਨੇ, ਸਕੋਪ ਤਾਂ ਹੈ? ਦੇਖੋ ਹਾਂ, ਤਜਰਬਾ ਅਸੀਂ ਜ਼ਰੂਰ ਕਰਾਂਗੇ, ਔਰ ਜੰਗੀ ਪੱਧਰ ਤੇ ਕਰਾਂਗੇ ਜਿੰਨਾ ਵੀ ਵੱਧ ਤੋਂ ਵੱਧ ਹੋ ਸਕੇ, ਕਿਉਂਕਿ ਸਾਡੇ ਕੋਲ ਬਦਲ ਨਹੀਂ ਹੈ ਕੋਈ ਹੋਰ, ਕਿਉਂਕਿ ਅਸੀਂ ਆਮ ਲੋਕਾਂ ਵਾਂਗ ਦਾ ਫਸਲ ਕਰਦੇ ਨੇ। ਤੁਹਾਨੂੰ ਤੁਸੀਂ ਦੇਖਿਆ ਹੋਊਗਾ, ਅਸੀਂ ਬਾਸਮਤੀ ਦਾ ਬਦਲ ਕੱਢ ਲਿਆ, ਹੁਣ ਬਾਸਮਤੀ ਲਾ ਰਹੇ ਹਾਂ, ਠੀਕ ਹੈ, ਹੁਣ ਲੱਗ ਰਹੀ ਹੈ ਬਾਸਮਤੀ, ਤੇ ਉਸ ਤੋਂ ਬਾਅਦ ਵੀ ਦੇਖਾ ਕੋਸ਼ਿਸ਼ ਕਰਦੇ ਹਾਂ ਬਾਸਮਤੀ ਲਾਈਏ, ਕਿਉਂਕਿ ਦੇਖੋ ਜਦੋਂ ਤੁਸੀਂ ਭੇੜ ਦੇ ਮਤਲਬ ਭੀੜ ਦੇ ਨਾਲ ਨਾ ਚੱਲੋ, ਜੇ ਤੁਸੀਂ ਅੱਜ ਕੱਲ੍ਹ ਖੇਤੀ ਕਾਮਯਾਬ ਹੋਣਾ ਤਾਂ ਤੁਸੀਂ ਇਹਦਾ ਡਿਫਰੈਂਟ ਕਰੋ। ਆਮ ਮਤਲਬ ਲੋਕਾਂ ਵਾਂਗ ਨਹੀਂ ਹੈਗਾ ਵੀ ਫਸਲ ਹੀ ਚੱਕ ਚੋਂ ਨਿਕਲਣਾ ਚਾਹੀਦਾ, ਮੈਂ ਕਹਿੰਦਾ ਵੀ ਝੋਨੇ ਯਾਰ ਕਣਕ ਦੇ ਵਿੱਚ। ਬਿਲਕੁਲ, ਉਹ ਕਹਿੰਦੇ ਆ ਨਾ ਕਿ ਲਾਹੌਰ ਦੇ ਸ਼ੌਕੀਨ ਤੇ ਬੋਝੇ 'ਚ ਗਾਜਰਾਂ, ਪਰ ਲਾਹੌਰ ਦੇ ਸ਼ੌਕੀਨ ਜਿਵੇਂ ਲਾਹੌਰ ਫੂਡ ਸਟਰੀਟ ਹੈ ਨਾ, ਤੇ ਇਸੇ ਤਰ੍ਹਾਂ ਲਾਹੌਰ ਵਾਲਾ ਸਵਾਦ ਤੁਹਾਨੂੰ ਇਹਨਾਂ ਗਾਜਰਾਂ 'ਚ ਵੀ ਆਏਗਾ ਫੂਡ ਸਟਰੀਟ ਦਾ। ਸੋ ਇਸ ਕਰਕੇ ਪੰਜਾਬ ਦੀਆਂ ਰਵਾਇਤੀ ਚੀਜ਼ਾਂ ਨਾਲ ਜੁੜੋ, ਜ਼ਮੀਨ ਨਾਲ ਜੁੜੋ, ਤੇ ਇਸ ਤਰ੍ਹਾਂ ਸਤਿੰਦਰ ਸਿੰਘ ਸਰੋਵ ਵਰਗੇ ਜਿਹੜੇ ਫਾਰਮਰ ਨੇ ਉਹਨਾਂ ਦੇ ਤਜਰਬੇ ਨੂੰ ਐਪਰੀਸ਼ੀਏਟ ਕਰੀਏ। ਹੁਣ ਜਿਵੇਂ ਸਰਪੰਚੀ ਚੋਣਾਂ ਨੇ, ਮਤਲਬ ਤੁਸੀਂ ਤਾਂ ਛੱਡ ਚੁੱਕੇ ਹੋ ਵੀ ਇਹ ਕੰਮ ਨਾ ਹੈ ਨੀ, ਬੰਦੇ ਨੂੰ ਨਿਕੰਮਾ ਕਰਦਾ, ਤੇ ਕਿਸਾਨ ਅੰਦੋਲਨ ਚੱਲ ਰਿਹਾ, ਉਸ ਦੌਰਾਨ ਪਿੰਡਾਂ ਚ ਕੀ ਚਰਚਾਵਾਂ ਨੇ ਤੇ ਕੀ ਹੋਣਾ ਚਾਹੀਦਾ ਤੇ ਕੀ ਨਹੀਂ ਹੋਣਾ ਚਾਹੀਦਾ? ਆਪਣੇ ਪਾਸੇ ਤਾਂ ਥੋੜਾ ਜਿਹਾ ਠੰਡਾ ਹੀ ਹੈ ਜੀ, ਆਪਣੇ ਦਿਖਾਉਂਦਾ ਜਿਵੇਂ ਤੁਹਾਡੇ ਵੀ ਪਹਿਲਾਂ ਪਰਿਵਾਰ ਚੋਂ ਬੱਚਿਆਂ ਦੀ ਮੌਤ ਹੋਈ ਹੈ, ਬੱਚਿਆਂ ਦੀ ਮੌਤ ਹੋ ਗਈ ਜੀ, ਉਹਦੇ ਫਾਦਰ ਸਾਹਿਬ ਦੀ ਵੀ ਮੌਤ ਉਸੇ ਗਾਮ ਚੋਂ ਸੁਸਾਈਡ ਹੋ ਗਿਆ, ਸੁਸਾਈਡ ਹੋ ਗਿਆ ਜੀ, ਉਹਦੇ ਕਰਕੇ ਜੀ ਆਪਣੇ ਪਿੰਡ ਦਾ ਥੋੜਾ ਠੰਡਾ ਹੀ ਹੈ ਜੀ। ਅੱਛਾ, ਅਗਰੈਸਿਵ ਨਹੀਂ ਹੈ, ਮਤਲਬ ਸੋਚ ਵਿਚਾਰ ਨਾਲ ਹੀ ਚੱਲਦੇ ਨੇ, ਸਦਮਾ ਚੱਲ ਚੁੱਕਿਆ। ਹਾਂ ਜੀ, ਹਾਂ ਜੀ, ਪਰ ਜਿਸ ਤਰ੍ਹਾਂ ਕਿਸਾਨੀ ਦੀ ਲੁੱਟ ਹੈ, ਜ਼ਰੂਰ ਇਸ ਦੇ ਬਾਰੇ ਲਾਮਬੰਦ ਹੋਣਾ ਚਾਹੀਦਾ। 10 ਰੁਪਏ ਇੱਥੋਂ ਵਿਕਦੀ ਹੈ, ਅਤੇ ਅੱਜ ਵੀ ਮਾਰਕੀਟ 'ਚ ਭਾਵੇਂ ਲਾਲ ਗਾਜਰ ਹੈਗੀ ਹੈ, ਪਰ ਅੱਜ ਫਿਰ ਵੀ ਇਹ ਗਾਜਰ 40 ਰੁਪਏ 35 ਰੁਪਏ ਵਿਕਦੀ ਹੈ, ਉਹ ਵਿਚਲਾ ਖੱਪਾ ਕੌਣ ਖਾਂਦਾ, ਇਹਦੇ ਬਾਰੇ ਸਾਨੂੰ ਥੋੜ੍ਹਾ ਸੁਚੇਤ ਹੋਣਾ ਚਾਹੀਦਾ। ਹਾਂਜੀ ਜੀ, ਸੋ ਇਹ ਸੀ ਦੋਸਤੋ ਗਾਜਰਾਂ ਦੀ ਗੱਲ, ਥੋੜ੍ਹਾ ਜਿਹਾ ਤੁਹਾਨੂੰ ਜਾਂਦੇ ਜਾਂਦੇ ਫਾਰਮ ਫਿਰ ਦਿਖਾਉਂਦੇ ਹਾਂ, ਗਾਜਰ ਦਾ ਬੂਟਾ, ਅਤੇ ਜਿਸ ਤਰ੍ਹਾਂ ਉਮੀਦ ਹੈ ਕਿ ਤੁਹਾਨੂੰ ਇਹ ਗੱਲਬਾਤ ਪਸੰਦ ਆਈ ਹੋਏਗੀ। ਸੋ ਇਸ ਤਰ੍ਹਾਂ ਦੇ ਖੇਤ ਨੇ ਜਿਹਨੂੰ ਖਿੱਤੇ ਜਿੱਥੇ ਖਾਸ ਕਰਕੇ ਗਾਵਾਂ ਦਾ ਜ਼ਿਆਦਾ ਮੈਂ ਕਹਿ ਲਈਏ ਆਤੰਕ ਹੈ, ਜਾਂ ਗਾਵਾਂ ਜ਼ਿਆਦਾ ਉਜਾੜਾ ਕਰਦੀਆਂ ਨੇ, ਉੱਥੇ ਜ਼ਰੂਰ ਬਦਲ ਦੇ ਤੌਰ 'ਤੇ ਇਸ ਫਸਲ ਦਾ ਤਜਰਬਾ ਕਰ ਲੈਣਾ ਚਾਹੀਦਾ। ਰਾਏ ਜੇ ਕੋਈ ਲੈਣੀ ਹੈ ਤਾਂ ਬਾਈ ਜੀ ਸਤਿੰਦਰ ਸਿੰਘ ਹੋਰਾਂ ਦਾ ਨੰਬਰ ਹੈ। ਸੋ ਇਸ ਦੇ ਨਾਲ ਹੀ ਆਪਣੇ ਦੋਸਤ ਪਰਮਿੰਦਰ ਸਿੰਘ ਟਿਵਾਣਾ ਨੂੰ ਵੀ ਦਿਵਾ ਗਿਆ ਧੰਨਵਾਦ, ਸਤਿ ਸ਼੍ਰੀ ਅਕਾਲ।